ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧਸੰਗਤ ਲੜੀਵਾਰ ਚੱਲ ਰਿਹਾ ਪ੍ਰੋਗਰਾਮ 1947 ਦਾ ਸੰਤਾਪ। 1947 ਦਾ ਸੰਤਾਪ ਕਹਿਣ ਕਹਾਣੂ ਇੱਕ ਬੜਾ ਛੋਟਾ ਜਿਹਾ ਲਫ਼ਜ਼ ਹੈ, ਪਰ ਜਿਨ੍ਹਾਂ ਸਾਡਿਆਂ ਬਜ਼ੁਰਗਾਂ ਨੇ ਆਪਣੇ ਪਿੰਡੇ 'ਤੇ 1947 ਦਾ ਸੰਤਾਪ ਹੰਡਾਇਆ, ਸੱਚਮੁੱਚ ਆਪਣੇ ਦਾਦੇ ਪੜਦਾਦੇ ਦੀ ਉਹ ਧਰਤੀ, ਆਪਣੀ ਜਨਮ ਧਰਤੀ, ਜਿਸ ਧਰਤੀ ਨੂੰ ਬੜੀ ਹੱਡਭੰਨੀ ਮਿਹਨਤ ਕਰਕੇ ਇਹਨਾਂ ਦੇ ਬਜ਼ੁਰਗਾਂ ਨੇ ਸਿੰਚਿਆ, ਉਸ ਧਰਤੀ ਨੂੰ ਪਲਾਂ ਦੇ ਵਿੱਚ ਹੀ ਛੱਡ ਕੇ ਸਾਰੀ ਜ਼ਿੰਦਗੀ ਵਾਸਤੇ ਇਸ ਨਵੇਂ ਦੇਸ਼ ਦੇ ਵਿੱਚ, ਨਵੇਂ ਸਥਾਨ ਦੇ ਵਿੱਚ ਆ ਕੇ ਸਾਧਸੰਗਤ ਨਵਿਓ ਸਿਰਿਓਂ ਹੱਡਭੰਨੀ ਮਿਹਨਤ ਕਰਕੇ ਸਾਡਿਆਂ ਬਜ਼ੁਰਗਾਂ ਨੇ ਫਿਰ ਆਪਣਾ ਰਹਿਣ ਬਸੇਰਾ ਬਣਾਇਆ। ਸੱਚ ਜਾਣਿਓ ਸਾਧਸੰਗਤ, ਤਕਰੀਬਨ 74 ਸਾਲ ਬਾਅਦ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਰਿਲੀਫ ਦਿੱਤਾ ਗਿਆ, 5.5 ਲੱਖ ਰੁਪਈਆ ਅਸੀਂ ਸਾਰਿਆਂ ਨੇ ਲੈ ਕੇ ਆਪਣੀ ਜੇਬ ਦੇ ਵਿੱਚ ਪਾਤਾ। ਮੈਨੂੰ ਨਹੀਂ ਲੱਗਦਾ ਕਿਸੇ 20 ਆਦਮੀਆਂ ਨੇ ਵੀ ਇਸ ਗੱਲ ਦਾ ਮੰਥਨ ਕਰਨ ਬਾਰੇ ਸੋਚਿਆ ਹੋਵੇ ਵੀ ਆਖਰ ਕਿਹੜੀਆਂ ਘਾਲਣਾ ਸਾਡੇ ਬਜ਼ੁਰਗਾਂ ਨੇ ਇਹੋ ਜਿਹੀਆਂ ਘਾਲੀਆਂ ਜਿਸ ਕਰਕੇ ਗਵਰਨਮੈਂਟ ਜਿਹੜੀ ਹੈ ਸਾਨੂੰ ਇਹ ਰਿਲੀਫ ਦੇਣ ਦੇ ਵਾਸਤੇ ਜਿਹੜੀ ਮਜਬੂਰ ਹੋਈ। ਸਤਸੰਗਤ, ਇਸੇ ਹੀ ਸੰਬੰਧ ਵਿੱਚ ਜਿਨ੍ਹਾਂ ਬਜ਼ੁਰਗਾਂ ਨੇ ਇਹ ਘਾਲਣਾ, ਇਹ ਸੰਤਾਪ ਆਪਣੇ ਪਿੰਡੇ 'ਤੇ ਹੰਡਾਇਆ, ਸਾਨੂੰ ਜਦੋਂ ਵੀ ਪਤਾ ਲੱਗਦਾ ਉਹਨਾਂ ਬਜ਼ੁਰਗਾਂ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੁੰਦੇ ਹਾਂ। ਸੋ ਅੱਜ ਜਿਨ੍ਹਾਂ ਬਜ਼ੁਰਗਾਂ ਦੇ ਕੋਲ ਪਹੁੰਚੀਆਂ, ਸਾਡੇ ਬਰਾਦਰੀ ਭਾਈਚਾਰਾ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਐਡਵੋਕੇਟ ਭਗਤ ਸਿੰਘ ਦੇ ਨਾਮ ਨਾਲ ਜਿਹੜਾ ਹੈ ਆਮ ਤੌਰ 'ਤੇ ਦੁਨੀਆ ਜਾਣਦੀ, ਨਾਲ ਹੀ ਨਾਲ ਸਾਡੀਆਂ ਮਨਾਂ ਦੇ ਵਿੱਚ ਇੱਕ ਭੁਲੇਖਾ ਹੁੰਦਾ, ਪਤਾ ਨਹੀਂ ਜਿਹੜਾ ਸਾਡਾ ਬੱਚਾ ਪੜ੍ਹ ਲਿਖ ਜਾਏ ਉਹ ਆਪਣੀ ਮਾਤ ਭਾਸ਼ਾ ਨੂੰ ਇੱਕ ਇੱਦਾਂ ਸਮਝਦਾ ਸ਼ਾਇਦ ਗਵਾਰ ਔਰ ਅਨਪੜ੍ਹਾਂ ਵਾਲੀ ਭਾਸ਼ਾ, ਪਰ ਸਾਰੀ ਉਮਰ ਜਿਹੜਾ ਹੈ ਵਕਾਲਤ ਕਰਨ ਤੋਂ ਬਾਅਦ ਜੋ ਵੀ ਇਹਨਾਂ ਦੇ ਜੀਵਨ ਦੇ ਆਪ ਹੀ ਇਹਨਾਂ ਨੇ ਆਪ ਵਿਚਾਰ ਕਰਨੀ ਹੈ ਸਤਸੰਗਤ। ਸੋ ਉਹਨਾਂ ਦੇ ਨਾਲ ਆਪ ਜੀ ਨੂੰ ਰੂਬਰੂ ਕਰਾਉਣਾ, ਆਓ ਸਭ ਤੋਂ ਪਹਿਲਾਂ ਜਿਹੜਾ ਹੈ ਜੀ ਆਇਆਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਔਰ ਪਾਪਾ ਜੀ ਦੇ ਨਾਲ ਵਿਚਾਰ ਕਰਦੇ ਹਾਂ ਜੀ। ਬਜ਼ੁਰਗੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ, ਸਿਹਤ ਠੀਕ ਦੀ ਆ ਬਲਦਿਆ? ਬਿਲਕੁਲ ਤਗੜਾ, ਬਿਲਕੁਲ ਬਿਲਕੁਲ ਫਿਟ। ਲੰਬੇ ਸਮੇਂ ਬਾਅਦ ਕੋਈ ਪੁੰਛੀ ਬੋਲੀ ਤੁਸੀਂ ਵੀ? ਨਾ ਨਾ, ਮੈਂ ਬੋਲਣਾ ਪੁੰਛੀ, ਕੜਾਕੇਦਾਰ ਪੁੰਛੀ ਬੋਲਣਾ। ਘਰੇ ਖੜੇ ਬੱਚੇ ਬੁੱਚੇ ਬੋਲਣੇ, ਅੱਜ ਕੱਲ੍ਹ ਬੱਚੇ ਵੀ ਬੋਲਣੇ ਉੱਥੇ ਜੀ, ਅੱਜ ਕੱਲ੍ਹ ਮਾਵਾਂ ਹਣੀਆਂ ਹੈ ਜੋ ਅਨਪੜ੍ਹਿਆਂ ਵਾਲੀ ਭਾਸ਼ਾ ਨਹੀਂ, ਆ ਸਾਰੀਆਂ ਬੋਲੀਆਂ ਬੋਲਣੇ ਆ। ਪੁੰਛੀ ਬੋਲਣੇ ਆ, ਪੰਜਾਬੀ ਬੋਲਣੇ ਆ, ਹਿੰਦੀ ਵੀ ਬੋਲਣੇ ਆ, ਅੰਗਰੇਜ਼ੀ ਵੀ ਬੋਲਣੇ ਆ। ਬਾਤ ਹੈ ਜੀ, ਅੱਜ ਤੱਕ ਦੁਨੀਆ ਹੋ ਰਿਹਾ ਭਜਨ ਸਿੰਘ ਹੋਰਾਂ ਦਾ ਖਾਲੀ, ਲੋੜ ਪਵੇ ਤਾਂ ਫਾਰਸੀ ਵੀ ਬੋਲਣੇ ਆ। ਅੱਜ ਤੱਕ ਲੋਕਾਂ ਭਜਨ ਸਿੰਘ ਹੋਰ ਸੁਣੇ ਸੀ ਖਾਲੀ ਅੰਗਰੇਜ਼ੀ ਹਿੰਦੀ ਬੋਲਣੇ ਆ, ਅੱਜ ਤਾਂ ਲੋਕ ਵੀ ਖੁਸ਼ ਹੋਈ ਹੋਲੇ, ਪੁੰਛੀ ਵੀ ਬੜੀ ਸੋਹਣੀ ਬੋਲਣੀ। ਅੱਛਾ ਬਜ਼ੁਰਗੋ, ਕਿਹੜਾ ਏਰੀਆ ਸਾ ਪਿੱਛੇ ਸਾਡਾ ਘਰੇ 'ਚ? ਅਸਾਂ ਤਹਿਸੀਲ ਬਾਗ, ਪਿੰਡ ਸਾਡਾ ਸੀ ਪੌਂਠ ਪਈਆਂ। ਅੱਛਾ, ਤੁਸੀਂ ਪੌਂਠ ਪਈਆਂ ਨੇ? ਪੌਂਠ ਪਈਆਂ ਨੇ। ਵਾਹ ਜੀ ਵਾਹ ਵਾਹ, ਪੌਂਠ ਪਈ ਹੋਰ ਨੇ ਸਰਦਾਰ ਅਮਰ ਸਿੰਘ ਦੇ ਇੰਦਰਾ ਨਗਰ, ਪੌਂਠ ਪਈਆਂ ਦੇ ਜਿਹੜੇ ਸਰਦਾਰ ਅਮਰ ਸਿੰਘ ਦੇ, ਉਹ ਰਿਸ਼ਤੇ 'ਚੋਂ ਮੇਰੇ ਮਾਮੇ ਲੱਗਣੇ। ਅੱਛਾ, ਔਰ ਬੜੀ ਕਮਾਲ ਨਹੀਂ ਜਿਹੜੀ ਗੱਲ ਤੁਹਾਨੂੰ ਦੱਸਾਂ ਕਿ ਸਾਡੇ ਕੋਠੇ ਨਾਲ ਜਿਹੜਾ ਸਾਡੇ ਕੋਠੇ ਨਾਲ ਜਿਹੜਾ ਛੱਤ ਸਾ, ਉਹ ਅਮਰ ਸਿੰਘ ਔਰ ਉਹਨਾਂ ਬੇੜਾ ਸਾ। ਅੱਛਾ, ਉਹ ਇਹ ਨਾ ਮਤਲਬ ਤੁਹਾਡਾ ਬੁਨ ਸਾ ਉੱਪਰ ਸਾ? ਬਲਕਿ ਇਸ ਤਰ੍ਹਾਂ ਸਾ ਨਾ, ਉਹਨਾਂ ਨਾਲ ਬੇੜਾ ਨਹੀਂ ਸਾ, ਸਾਡੇ ਮਕਾਨ ਜਿਹੜਾ ਛੱਤ ਆ ਉਹ ਸਰਦਾਰ ਅਮਰ ਸਿੰਘ, ਉਹਨਾਂ ਦੇ ਪਿਤਾ ਨਾਮ ਸੀ ਸਰਦਾਰ ਭਗਵਾਨ ਸਿੰਘ। ਇਹ ਤ੍ਰੈ ਭਗਵਾਨ ਭਰਾ ਸਨ, ਸਰਦਾਰ ਭਗਵਾਨ ਸਿੰਘ, ਸਰਦਾਰ ਗੰਗਾ ਸਿੰਘ ਅਤੇ ਸਰਦਾਰ ਜਗਤ ਸਿੰਘ। ਸਰਦਾਰ ਭਗਵਾਨ ਅਮਰ ਸਿੰਘ ਹੋਰਾਂ ਦੇ ਇਹ ਦੋ ਭਰਾ ਹੋਰ ਸਨ, ਬੜੇ ਦਾ ਨਾਂ ਸੀ ਗੁਰਬਚਨ ਸਿੰਘ, ਨਿੱਕੇ ਦਾ ਨਾਂ ਸੀ ਆਇਆ ਸਿੰਘ। ਅਤੇ ਇਹਨਾਂ ਦਾ ਜਿਹੜਾ ਚਾਚਾ ਸੀ ਗੰਗਾ ਸਿੰਘ, ਉਹਦਾ ਇੱਕ ਪੁੱਤਰ ਹੈ ਪ੍ਰੀਤਮ ਸਿੰਘ। ਅੱਛਾ, ਤਾਂ ਇੱਕ ਧੀ ਉਸਦੀ ਮਾਇਆ, ਉਹ ਉੱਥੇ ਮੂਸਾ ਚੱਕ ਭੇਜਦੇ ਮਾਇਆ ਕੋਲ। ਹਾਂ ਹਾਂ, ਕਿਆ ਬਾਤ, ਦੇਖਾ ਮੈਂ ਬਜ਼ੁਰਗ ਨਹੀਂ। ਅਤੇ ਜਿਹੜਾ ਜਗਤ ਸਿੰਘ ਸਾ, ਜਗਤ ਸਿੰਘ ਨੇ ਦੋ ਪੁੱਤਰ, ਇੱਕ ਨਾਂ ਕੁਲਦੀਪ ਸਿੰਘ ਅਤੇ ਨਿੱਕੇ ਨਾਂ ਜਸਵੰਤ ਸਿੰਘ। ਅੱਛਾ, ਅਤੇ ਕੁਲਦੀਪ ਸਿੰਘ ਕਿਆ ਆਖਨੇ, ਜਤੀ ਜਤੀ ਆਖਨੇ ਉਸਕੇ। ਅੱਛਾ, ਨਿੱਕ ਨੇ। ਅਤੇ ਜਸਵੰਤ ਸਿੰਘ ਸਾਹਿਬ ਪੁਲਿਸ BSIF ਸਬ ਇੰਸਪੈਕਟਰ, ਤੇ ਉਹ ਰਿਟਾਇਰਮੈਂਟ ਤੋਂ ਬਾਅਦ ਉਸਦੀ ਮੌਤ ਹੋਈ ਹੈ। ਵਾਹ ਜੀ ਵਾਹ, ਇਹ ਸਾਡਾ ਏਕਾ ਘਰ ਸੀ, ਇੰਨੀ ਜਾਣਕਾਰੀ ਤਾਂ ਅਸੀਂ ਅਮਰ ਸਿੰਘ ਹੋਰਾਂ ਕੋਲ ਨਹੀਂ ਲਵੀ। ਕਿਆ ਬਾਤ ਹੈ ਜੀ, ਉਹ ਮਹਾਰਾਜ ਜੀ ਪੌਂਠ ਭਾਈਆਂ ਵਾਸਤੇ ਇੱਕ ਗੱਲ ਆਉਣੇ ਸੀ, ਅੱਜ ਵਾਕਿਆ ਮੈਂ ਕਲੀਅਰ ਹੋਈ ਆ। ਇਹ ਪ੍ਰੋਗਰਾਮ ਮੈਂ ਚਲਾਇਆ ਤਾਂ ਮੈਂ ਫੋਨ ਆਇਆ ਉਦੋਂ ਪੂਰਾ, ਆਣੇ ਜੀ ਪੌਂਠ ਭਾਈਆਂ ਨੇ ਦੋ ਚੀਜ਼ ਮਸ਼ਹੂਰ ਸੀ, ਮੈਂ ਸੱਚ ਆਖਣਾ ਸਾ ਜੀ, ਮੈਂ ਜੀ ਕੀ ਆਣੇ, ਇੱਕ ਤਾਂ ਪੌਂਠ ਭਾਈ ਨੇ ਲੋਕ ਪੜ੍ਹੇ ਲਿਖੇ ਬੜੇ ਸੀ, ਠੀਕ ਆ, ਇਹ ਉਹਨੇ ਆਇਆ। ਦੂਆ ਉਹਨੇ ਸੁਣਾਇਆ ਬੜੇ ਕਮਾਲ ਨਹੀਂ, ਆਣਾ ਜੀ ਪੌਂਠ ਭਾਈ ਨੇ ਲੋਕ ਜਿਹੜੇ ਸੀ ਪਰਸਨੈਲਿਟੀ ਵਾਲੇ ਬੜੇ ਸੀ, ਇਹ ਮੈਂ ਉਹਨੇ ਆਇਆ, ਮੈਂ ਵੀ ਬਾਗਾ ਕਰਨੇ ਸੀ ਤਾਂ ਉਹ ਸੀ, ਇਹ ਮੈਨੂੰ ਉਦੋਂ ਪੂਰਾ ਫੋਨ ਆਇਆ ਸਾ, ਇਹੋ ਜਿਹੀ ਪੌਂਠ ਭਾਈ ਨੇ। ਅੱਛਾ, ਤੁਸੀਂ ਨਾਲ ਹੋਰ ਆਂਢੀ ਗੁਆਂਢੀ ਕੌਣ ਸਾ? ਸਾਡੇ ਆਂਢੀ ਗੁਆਂਢੀ ਜਿਹੜੇ ਸਨ ਨਾ, ਸਾਡਾ ਜਿਹੜਾ ਪਿੰਡ ਸਾ, ਘਰ ਤਾਂ ਲੋਕ ਨੇ ਅਲੱਗ ਅਲੱਗ ਸੇ ਇਕੱਠੇ, ਯਾਨੀ 10-10, 20-20 ਗਜ਼ ਨੇ, ਬੜੀਆਂ ਜ਼ਮੀਨਾਂ ਸਨ। ਸਾਡੇ ਗੁਆਂਢ ਸਾ, ਇੱਕ ਬਿਲਕੁਲ ਸਾਡੇ ਮਕਾਨ ਨੇ ਹੇਠ ਦੂਸਰਾ ਮਕਾਨ ਸਾ, ਉਸ ਨਾਲ ਮਾਨ ਸਿੰਘ। ਅੱਛਾ, ਅਤੇ ਉਸ ਦਾ ਭਰਾ ਸੀ ਗੋਪਾਲ ਸਿੰਘ, ਉਸਕੇ ਗੋਪੀ ਗੋਪੀਆਰ ਸੇ, ਨਾਲ ਇੱਕ ਹੋਰ ਮਤਲਬ ਸਾਡਾ ਬਜ਼ੁਰਗ
ਉਸਦਾ ਨਾਂ ਸਾ ਰਵੇਲ ਸਿੰਘ ਅਤੇ ਉਸਦੀ ਘਰਵਾਲੀ ਇਹਦੇ ਰਾਵਲਾ ਕੋਟ ਨਹੀਂ ਸੀ ਉਸਦਾ ਨਾਂ ਸਾ ਫਿਰੀ ਉਸਦਾ ਫਿਰੀ ਆਖਦੇ ਸੀ ਫਿਰੀ ਬੜੀ ਮਸ਼ਹੂਰ ਸੀ ਫਿਰੀ ਅਤੇ ਉਸਨੇ ਇੱਕ ਮੁੰਡਾ ਅਤੇ ਇੱਕ ਕੁੜੀ ਸੀ ਕੁੜੀ ਉਸਨੇ ਕਠੂਏ ਵਿਆਹ ਨਹੀਂ ਉਸਦਾ ਨਾਂ ਸਾ ਸ਼ੀਵਾ ਅਤੇ ਮੁੰਡਾ ਉਸਦਾ ਨਾਂ ਸਾ ਈਸ਼ਰ ਸਿੰਘ ਅਤੇ ਰਵੇਲ ਸਿੰਘ ਅਤੇ ਫਿਰੀ ਦੋਨੋਂ ਮਰੀ ਹੈ ਅਤੇ ਉਹ ਇਹਨੇ ਅਮਰ ਸਿੰਘ ਔਰ ਨੇ ਰਿਸ਼ਤੇਦਾਰ ਜਿਸੇ ਤਾਂ ਚਾਚੇ ਲੱਗਣੇ ਸੀ ਅਤੇ ਉਹ ਮਰੀ ਹੈ ਦੋਨੋਂ ਅਤੇ ਦੋਏ ਯਤੀਮ ਅਤੇ ਜਿਹੜਾ ਈਸ਼ਰ ਸਿੰਘ ਸਾ ਉਹ ਆਉਣੀ ਇੱਥੇ ਕਿਸੇ 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 ਫੌਜੀ ਨੇ ਹੱਥ ਚੜ੍ਹੀ ਗਿਆ ਤਾਂ ਉਸ ਲਈ ਆ ਉਸਦੇ ਕਿਸੇ ਪਟਿਆਲੇ ਛੁਟਿਆਲੇ ਅਤੇ ਜਿਹੜੀ ਸੀ ਸ਼ੀਮਾ ਅਤੇ ਉਸ ਨਾਲ ਵਿਆਹ ਇਸਨੇ ਸਾਡੇ ਸਰਦਾਰ ਗੰਗਾ ਸਿੰਘ ਹੋਰਾਂ ਨੇ ਕਰਾਇਆ ਸੀ ਅਮਰ ਸਿੰਘ ਹੋਰਾਂ ਨੇ ਚਾਚੇ ਕਰਾਇਆ ਸਾ ਅੱਛਾ ਬਾਬਾ ਨਾਲ ਸੋੜਾ ਅਤੇ ਉਸਨੇ ਉੱਪਰਲੇ ਸਾਡੇ ਉੱਪਰਲੇ ਘਰ ਸੇ ਭਾਈ ਈਸ਼ਰ ਸਿੰਘ ਹੋਰੀ ਫਿਰ ਮਤਲਬ ਹੈ ਕਿ ਸਾਡੇ ਫੁੱਫੜੇ ਲੱਗਣੇ ਸੇ ਆਪਣਾ ਉਹਨਾਂ ਨਾਂ ਵੀ ਸਾ ਭਗਤ ਸਿੰਘ ਗਿਆਨੀ ਸੇਵਾ ਸਿੰਘ ਗੁਰਮੁਖ ਸਿੰਘ ਇਹ ਸਾਰੇ ਰਿਸ਼ਤੇਦਾਰ ਪਰਲੇ ਪਾਸੇ ਸਾਡਾ ਇੱਕ ਚਾਚਾ ਸਾ ਉਹਨਾਂ ਨਾਂ ਸੀ ਜਸਵੰਤ ਸਿੰਘ ਉਹਨਾਂ ਨਿੱਕਾ ਭਰਾ ਜਸਵੰਤ ਬਚਨ ਸਿੰਘ ਪੰਛੀ ਉਹਨਾਂ ਦੇ ਭਰਾ ਛੋਟਾ ਹਰਦਿਤ ਸਿੰਘ ਪੰਛੀ ਉਹਨਾਂ ਦੇ ਪਿਤਾ ਜਿਹੜੇ ਸਨ ਸਾਡੇ ਦਾਦਾ ਲੱਗਦੇ ਸਨ ਉਹਨਾਂ ਨਾਂ ਸੀ ਸਰਦਾਰ ਗੋਪਾਲ ਸਿੰਘ ਕਿਆ ਬਾਤ ਹੈ ਉਹਨਾਂ ਨਾਲ ਅਗਲੇ ਪਾਸੇ ਲੱਗੇ ਤਾਂ ਸਾਡਾ ਇੱਕ ਹੋਰ ਚਾਚੇ ਸੀ ਉਹਨਾਂ ਨਾਂ ਸਾ ਰੂਪ ਸਿੰਘ ਅਤੇ ਨੈਣ ਸਿੰਘ ਚੇਤ ਸਿੰਘ ਅਤੇ ਉਹਨਾਂ ਦੇ ਪਿਓ ਦਾ ਨਾਂ ਸੀ ਜਦੋਂ ਸਾਡੇ ਦਾਦੇ ਦਾ ਭਰਾ ਸੀ ਉਹਦਾ ਨਾਂ ਸੀ ਹਿੰਮਤ ਸਿੰਘ ਵਾਹ ਔਰ ਇਹ ਜਿਤਨੇ ਜਿਹੜੇ ਸਨਾਤਨ ਨੇ ਵਿਆਹ ਹੋਣੇ ਸੀ ਸਾਡੇ ਜਿਹੜਾ ਸਾਡੇ ਜਿਹੜੇ ਪੜਦਾਦੇ ਨਾਲ ਭਰਾ ਸਾ ਉਹਦਾ ਨਾਂ ਸਾ ਜੀਵਨ ਸਿੰਘ ਅਤੇ ਉਸ ਜੀਵਨ ਪੰਡਿਤ ਵੀ ਆਖਣੇ ਸੀ ਜਿਤਨੇ ਸਨਾਤਨ ਜਿਤਨੇ ਸਨਾਤਨੀ ਵਿਆਹ ਸਾਰੇ ਵੀ ਉਹ ਕਰਾਉਣੇ ਸੀ ਸਿੱਖੀ ਸੀ ਹਾਂ ਅਤੇ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਵਿਆਹ ਹੋਇਆ ਜਿਹੜਾ ਸਿੱਖੀ ਰਸਮ ਰਿਵਾਜ ਦੇ ਮੁਤਾਬਕ ਗੁਰਮਤ ਅਨੁਸਾਰ ਉਹ ਸਾਡੇ ਪੌਂਠ 'ਚ ਹੋਇਆ ਇੱਕ ਬਾਬੂ ਜਨਕ ਸਿੰਘ ਹੋਰਾਂ ਦੀ ਭੈਣ ਸੀ ਭਾਈ ਭਗਤ ਸਿੰਘ ਹੋਰਾਂ ਦੀ ਸੱਗੀ ਭੈਣ ਸੀ ਚੰਨੋ ਨਾਂ ਸੀ ਉਹਦਾ ਚੰਨੋ ਭੂਆ ਅਤੇ ਉਸਦਾ ਵਿਆਹ ਹੋਇਆ ਜਿਹੜਾ ਸਭ ਤੋਂ ਪਹਿਲਾਂ ਉਸ ਔਰ ਸਾਡਾ ਜਿਹੜਾ ਪਿੰਡ ਸਾ ਉਹਨੇ ਦੋ ਹਿੱਸੇ ਹੋਈਏ ਅੱਧੇ ਆਖਣ ਜੀ ਗਲਤ ਹੋਈ ਆ ਇਹ ਮਤਲਬ ਘਰ ਨਹੀਂ ਬਸਣ ਲੱਗਾ ਅਤੇ ਕਈਆਂ ਆਖਿਆ ਜੀ ਠੀਕ ਹੈ ਮਤਲਬ ਦੋ ਦਿਹਾੜੇ ਪਹਿਲਾ ਜਿਹੜਾ ਆਨੰਦ ਕਾਰਜ ਆਇਆ ਉਹ ਸਾਡੇ ਅੱਜ ਤੋਂ 110 ਸਾਲ ਪਹਿਲਾਂ ਉਹ ਮਤਲਬ ਪਾਪਾ ਕੁਛ ਪੁੱਛਿਆ ਨਾ ਸਾਡੇ ਦੋ ਘਰ ਸੀ ਟੋਟਲ ਸਾਰੇ ਪੌਂਡ ਵਿੱਚ ਇੱਕ ਨਾਲ ਨਾਂ ਸਾ ਗੱਜਾ ਖਾਨ ਅਤੇ ਇੱਕ ਨਾਲ ਨਾਂ ਸਾ ਕਾਲਾ ਖਾਨ ਉਹ ਦੋ ਸੱਕੇ ਭਰਾ ਸੀ ਅਤੇ ਦੋਏ ਸਾਡੂ ਵੀ ਸੀ ਅਤੇ ਲੰਬੜਦਾਰ ਸਰਦਾਰ ਸਾਹਿਬ ਸਾਡਾ ਕੋਈ ਲੰਬੜਦਾਰ ਜਿਹੜਾ ਸੀ ਉਹਨਾਂ ਸੀ ਭਾਈ ਰਘਵੀਰ ਸਿੰਘ ਅੱਛਾ ਭਾਈ ਰਘਵੀਰ ਸਿੰਘ ਜਿਹੜਾ ਉਸਦੇ ਅੱਗੇ ਇਹ ਜਿਹੜਾ ਇਹ ਅੱਜ ਕੱਲ੍ਹ ਨਹੀਂ ਤਰਲੋਚਨ ਸਿੰਘ ਵਜ਼ੀਰ ਹਾਂ ਇਸਦਾ ਦਾਦਾ ਸੀ ਉਸਦਾ ਨਾਂ ਸੀ ਭਾਈ ਰਘਵੀਰ ਸਿੰਘ ਅਤੇ ਇਸ ਉਹ ਤਾਂ ਵੀ ਲੰਬੜਦਾਰ ਸੀ ਇਹ ਉੱਥੇ ਉੱਥੋਂ ਹੀ ਆ ਲੰਬੜਦਾਰ ਸੀ ਉੱਥੇ ਜਿਹੜੇ ਦੋ ਸੀ ਨਾ ਇੱਕ ਸਾ ਪੁਰਾਣਾ ਪੌਂਡ ਦਾ ਇੱਕ ਸਾ ਨਵ ਪੌਂਡ ਪਈਆਂ ਪੁਰਾਣੇ ਪੌਂਡ ਨਾਲ ਨੰਬਰਦਾਰ ਸਾ ਨੰਬਰਦਾਰ ਅਤਰ ਸਿੰਘ ਅੱਛਾ ਉਹ ਸਾਡਾ ਫੁੱਫੜਾ ਲੱਗਣਾ ਸਾ ਅੱਛਾ ਅਤੇ ਜਿਹੜਾ ਪੌਂਡ ਪਈਆਂ ਸਾ ਇਸ ਨੰਬਰਦਾਰ ਸਾ ਆਪਣਾ ਇਹ ਦੋ ਭਰਾ ਸੀ ਇਹ ਅਮਰ ਸਿੰਘ ਅਤੇ ਰਘਵੀਰ ਸਿੰਘ ਅਤੇ ਅਮਰ ਸਿੰਘ ਜਿਸਲੇ ਗੁਜ਼ਰੀ ਆ ਅਤੇ ਫਿਰ ਅਮਰ ਸਿੰਘ ਨੇ ਜਿਹੜਾ ਵੱਡਾ ਮੁੰਡਾ ਸਾ ਸੰਤੋਖ ਸਿੰਘ ਬਾਬੂ ਜਨਕ ਸਿੰਘ ਨਾਲ ਵੱਡਾ ਭਰਾ ਫਿਰ ਉਸ ਨੂੰ ਗਈ ਨੰਬਰਦਾਰੀ ਜਿਸਲੇ ਸੰਤੋਖ ਸਿੰਘ ਦੀ ਡੈਥ ਹੋਈ ਤਾਂ ਫਿਰ ਉਸਦਾ ਵੱਡਾ ਮੁੰਡਾ ਸੀ ਸੋਹਣ ਸਿੰਘ ਜਿਹੜਾ ਡੀ ਐੱਸ ਪੀ ਪਿੱਛੇ ਹੁਣ ਸਾਲ ਪਹਿਲਾਂ ਇਹ ਨੰਬਰਦਾਰ ਸਾਡੇ ਲੋਕ ਸਨ ਮਤਲਬ ਪਾਈਆਂ ਗ੍ਰੰਥੀ ਸ਼ਰੰਥੀ ਦਾ ਕੰਮ ਸ਼ਾਮ ਉਹਨਾਂ ਸਿੱਖਿਆ ਸੀ ਤੇ ਰਾਵਲ ਪਿੰਡੀ ਕੁਮਾਰੀ ਸ਼ੁਮਾਰੀ ਉਹਦੇ ਚਲੇ ਜਾਣ ਕਰਨਾ ਸੀ ਤੇ ਬਾਕੀ ਸਾਡੇ ਜਿਹੜੇ ਪੌਂਡ ਨੇ ਲੋਕ ਸੀ ਉਹ ਸੌਖੇ ਲੋਕ ਸੀ ਅੱਛਾ ਹਾਂ ਗੱਲ ਸੁਣਾ ਇੱਕ ਤਾਂ ਬਾਗਾਂ ਨੇ ਕੰਨੇ ਸਨ ਹਾਂ ਬਾਗਾਂ ਨੇ ਬਿਲਕੁਲ ਕੋਈ ਡੇਢ ਕਿਲੋਮੀਟਰ ਘੰਟੀ ਵਜਣੀ ਹੋਣੀ ਸੀ ਅਤੇ ਆਸ ਬਾਗ ਸਕੂਲ ਪੁਰੀ ਇੱਥੇ ਇੱਕ ਬੜੀ ਕਮਾਲ ਦੀ ਜਾਣਕਾਰੀ ਲੱਭੀ ਸ਼ਾਇਦ ਉਹ ਵਿਚਾਰੇ ਵੀ ਖੁਸ਼ ਹੋਈ ਸਨ ਇਹ ਕੋਈ ਮੇਕਅਪ ਫੋਨ ਬਾਈ ਨਾ ਨਿਊਜ਼ੀਲੈਂਡ ਦਾ ਸ਼ਾਇਦ ਉਹ ਬੱਚਾ ਕਰਨਾ ਕੋਈ ਉਹ ਆਉਣਾ ਜੀ ਸਾਡੇ ਕੋਈ ਪਤਾ ਪਿਛੋਕੜ ਨਹੀਂ ਲੱਗ ਲੈਣਾ ਸਾਡਾ ਉੱਤਾ ਜਿਹੜਾ ਸਾ ਨਾ ਬਾਗ ਬਾਗ ਨੇ ਵਿੱਚ ਇੱਕ ਹਸਪਤਾਲ ਸਾ ਕੋਈ ਉਹ ਆਉਣੇ ਜਗਤ ਰਾਮ ਕੋਈ ਸਾਡਾ ਬਜ਼ੁਰਗ ਹੋਇਆ ਨੇੜੇ ਉਹਨਾਂ ਨਾਂ ਸਾ ਸ਼ਿਵਰਾਮ ਡਾਕਟਰ ਸ਼ਿਵਰਾਮ 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 ਉਹ ਆਣੇ ਉੱਤੇ ਰਿਹਾ ਤਾਂ ਪਤਾ ਨਹੀਂ ਕੁਦਰ ਮਰਿਆ ਗਲਿਆ ਉਸ ਨਾਲ ਕੋਈ ਪਿਛੋਕੜ ਨਹੀਂ ਉਹ ਜਿਹੜੇ ਮਰੇ ਗਲੇ ਜੇ ਬੁੱਢੇ ਉਹਨਾਂ ਦਾ ਕੋਈ ਪਤਾ ਨਹੀਂ ਲੇਕਿਨ ਸਾਡੇ ਜਿਹੜੇ ਬਾਗ ਤਹਿਸੀਲ ਨੇ ਮੈਕਸੀਮਮ ਲੋਕ ਜਿਹੜੇ ਨੇ ਉਹ ਉੱਥੋਂ ਬਚੀ ਆਈਏ ਅੱਛਾ ਪਤਾ ਇਸ ਕਰੀ ਲੱਗਿਆ ਕਿ ਜਿਹੜਾ ਸਾਡਾ ਬਾਗ ਸਾ ਨਾ
ਸਾਡੇ ਇਰਦ ਗਿਰਦ ਦੇ ਜਿਹੜੇ ਲੋਕ ਸੇ ਇਲਾਕੇ ਨੇ ਉਹ ਆਪਣਾ ਕਾਰੋਬਾਰ ਛੋੜੀ ਅਤੇ ਕੋਈ ਦੋ ਚਾਰ ਮਹੀਨੇ ਪਹਿਲਾਂ ਤੋਂ ਉਹ ਆਉਣਾ ਬਾਗ ਜਾ ਕੇ ਇਕੱਠੇ ਹੋਣਾ ਸ਼ੁਰੂ ਹੋਈ ਹੈ। ਅੱਛਾ ਬੁੰਡਾ ਜਿਹੜੇ ਪਿੰਡੇ ਪੁੰਡੇ ਨੇ ਸੀ ਪਿੰਡੇ ਛਿੰਡੇ ਜਿਹੜੇ ਨਾ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਕਤਲੇਆਮ ਹੋਇਆ ਉਹ ਹੋਇਆ ਮੁਜ਼ਫਰਾਬਾਦ ਵਿੱਚ। ਅੱਛਾ ਜਿਹੜਾ ਉਪਰਾ ਹੋਈ ਹੈ ਮੁਜ਼ਫਰਾਬਾਦ ਦੇ ਜਿਹੜੇ ਲੋਕ ਆਏ ਨਾ, ਜਿਹੜੇ ਕੁਛ ਲੋਕ ਦੇ ਉਹ ਬਾਇਆ ਊੜੀ ਇੱਧਰ ਆ ਕੇ ਸਿਰਨਾ ਆਈਏ, ਬਾਕੀ ਜਿਹੜੇ ਰਹੇ ਨਾ ਉਹ ਕੋਲਾ ਟੱਪੀ ਉੱਧਰ ਆਈਏ ਬਾਗ, ਜਿਹੜੇ ਉਹਨਾਂ ਨੇ ਕੋਈ ਰਿਸ਼ਤੇਦਾਰੀ ਵੀ ਸੀ ਬਾਗ ਆਈਏ, ਖਾਸ ਕਰੀ ਨੈਣ ਸੁਖ ਦਰਦਕੋਟ ਇਹ ਜਿਹੜੇ ਲੋਕ ਉਸ ਪਾਸੇ ਆਈਏ। ਚਲੋ ਉਹ ਤਾਂ ਪਾਰਟੀਸ਼ਨ ਦੇ ਉੱਤੇ ਵੀ ਇਹਨੇ ਬਾਬਾ। ਅੱਛਾ ਮੈਂ ਕਿਹਾ ਤੁਸੀਂ ਦੱਸਾ ਜਿਹੜੀ ਤੁਸੀਂ ਆਮ ਲੋਕਾਂ ਨਾਲ ਰਹਿਣ ਸਹਿਣ ਸਾਂ, ਜ਼ਿਮੀਂਦਾਰੀ ਜ਼ਮੀਨਦਾਰੀ ਜਿਹੜੀ ਕਿੰਨੀ ਜ਼ਮੀਨ ਸੀ ਸਾਡੀ? ਜ਼ਮੀਨ ਕਾਫੀ ਸੀ, ਮੈਂ ਜਿਹੜਾ ਮੈਂ ਪੁੱਛੋ ਰਿਕਾਰਡ ਲਿਆਦਾ ਉਸਦੇ ਮੁਤਾਬਕ ਕੋਈ 40 ਕਨਾਲ ਦਾ ਤਾਂ ਮੈਨੂੰ ਰਿਕਾਰਡ ਮਿਲਿਆ, ਤਾਂ ਬਾਕੀ ਦਾ ਰਿਕਾਰਡ ਵਾਸਤੇ ਕੋਈ ਮਿਲਿਆ ਨਹੀਂ। ਤੁਸੀਂ ਲੇਟ ਫਾਈਲ ਮਾਲ ਡੰਗਰ ਵੀ ਰੱਖਿਆ ਨੇ? ਹਾਂ ਜ਼ਮੀਨਦਾਰ ਸਾਂ, ਡੰਗਰ ਰੱਖੇ ਨੇ ਸੀ, ਰੱਖੇ ਨੇ ਚੰਗੇ, ਉਹ ਤਾਂ ਉਸ ਤੋਂ ਬਗੈਰ ਕੰਮ ਥੋੜ੍ਹਾ ਸਰ, ਕੋਈ ਟਰੈਕਟਰ ਤਾਂ ਹੋਇਆ ਨਹੀਂ ਸੀ, ਸਾਰਿਆਂ ਲੋਕਾਂ ਆਪਣੇ ਰੱਖੀ ਨਹੀਂ, ਜੋਗਾ ਰੱਖੀ ਨਹੀਂ ਸੀ, ਘਿਓ ਵੀ ਚੰਗਾ ਇਕੱਠਾ ਕੀਤਾ, ਘਿਓ ਸ਼ੋ ਮਤਲਬ ਹੈ ਕਿ ਗਵਾਂ ਸ਼ਵਾਂ ਰੱਖੀਆਂ ਸੀ ਸਾਡੇ, ਮੱਝਾਂ ਛੱਝਾਂ ਕਿਸੇ ਕੋਲ ਨਹੀਂ ਸਨ, ਗਵਾਂ ਸਨ, ਮਤਲਬ ਅੱਛਾ ਦੁੱਧ ਦੇਣੇ ਸੀ, ਦਿਨੇ ਚ ਚਾਰੀ ਚੂਰੀ ਤਾਂ ਲਿਆ ਨਹੀਂ ਸੀ। ਅੱਛਾ ਅਤੇ ਮਤਲਬ ਅੱਛਾ ਬਾਬਾ ਜਿਹੜਾ ਆਮ ਰਹਿਣ ਸਹਿਣ ਸਾ ਲੋਕ ਨਾ ਪੈਰੇ ਜਿਸ ਨਾਲ ਪਿੱਛੇ ਜਿਹੜੇ ਨਾੜ ਢੋਲੀ ਉਹਦੇ ਨਹੀਂ ਗੱਲ ਕਰਾਂ, ਉਹਨੇ ਲੋਕਾਂ ਵਿਚਾਰੇ ਪੂਲਿਆਂ 'ਚ ਹੀ ਉਮਰ ਕੱਢੀ, ਤੁਹਾਡਾ ਇਲਾਕਾ ਠੀਕ ਸਾ ਜੇ ਵੀ ਇੱਦਾਂ ਪੂਲਾਂ ਪਲਾਂ ਸੀ? ਨਹੀਂ ਅਸਾਂ ਆਪਣੀ ਲਾਈਫ ਵਿੱਚ ਪੂਲਾਂ ਨਹੀਂ ਦੇਖੀਆਂ, ਇਹਦਾ ਮਤਲਬ ਤੁਹਾਡਾ ਇਲਾਕਾ ਠੀਕ ਸਾਡਾ ਇਲਾਕਾ ਸਰ? ਹਾਂ ਪੂਲਾਂ ਜਿਹੜੇ ਲਾਉਣੇ ਸੀ ਜਦੋਂ ਕਿਧਰੇ ਉੱਪਰ ਬਰਫ ਸ਼ਰਫ ਵਿੱਚ ਕੋਈ ਜਾਂ ਕੋਠਾ ਚੋਣਾ ਸ਼ੁਰੂ ਹੋਇਆ ਤਾਂ ਚਿਕਨੇ ਸੀ, ਉਸਲੇ ਉਹ ਪੂਲਾਂ ਪੂਲਾਂ ਛੁੱਲਣਾ, ਬਾਕੀ ਸਾਡੇ ਜਿਹੜੇ ਪੋਂਠ ਜਿਹੜੇ ਲੋਕ ਸੇ ਕਿਸੇ ਕੋਈ ਪੂਲਾਂ ਛੁੱਲਣੇ, ਸਫੇਦ ਪੋਜ ਲੋਕ ਸੇ, ਉਹ ਤੁਸੀਂ ਕੁਮੈਰੀ ਨਹੀਂ ਜੁੱਤੀਆਂ ਬਣੇ ਰਹੇ? ਨਹੀਂ ਕੁਮੈਰੀ ਨਹੀਂ, ਜਿਹੜੇ ਜੁੱਤੀਆਂ ਤਾਂ ਪਾਉਣੇ ਸੀ ਲੋਕ, ਇਹਨੇ ਜਿਹੀਆਂ ਚਮੜੇ ਨਹੀਂ ਉਸਲੇ, ਬਾਅਦ ਵਿੱਚ ਚੱਲੇ ਫਿਰ ਫਲੀਟ ਬੂਟ ਚੱਲੇ ਲਾਲ ਰੰਗ ਦੀ ਜੁੱਤੀ ਬੜੀ ਮਸ਼ਹੂਰ ਸੀ, ਉਹ ਕੁਮੈਰੀ ਜੁੱਤੀ ਕੋਈ ਕੋਈ ਲਾਉਣਾ ਸੀ ਜਿਹੜੇ ਉਸ ਪਾਸੇ ਜਾਣੇ ਸੀ, ਲੇਕਿਨ ਇਹ ਕਿ ਆਮ ਜਿਹੜੇ ਸਾਡੇ ਪੋਂਠ ਪਈਆਂ ਨੇ ਲੋਕ ਸੀ ਨਾ, ਬੜੇ ਸੌਖੇ ਲੋਕ ਸੀ। ਅੱਛਾ ਬਾਬਾ ਤੁਹਾਡੇ ਤੋਂ ਮੁਲਾਜ਼ਮ ਮਲੂਜ਼ਮ ਵੀ ਥਿਆ ਸਾ? ਸਾਡੇ ਉਸ ਵੇਲੇ ਕੋਈ ਮੁਲਾਜ਼ਮ ਨਹੀਂ ਸੀ, ਮਤਲਬ ਪਿੰਡ ਦੇ ਲੋਕ ਮੁਲਾਜ਼ਮ ਐਸੇ, ਜਿਸ ਤਰ੍ਹਾਂ ਬਾਬੂ ਜਨਕ ਸਿੰਘ ਜਿਹੜੀ ਇੱਥੇ ਬਾਹਰੀ ਲੀਡਰ, ਇਹ ਉਸ ਵੇਲੇ ਪੁਲਿਸ ਵੀ ਸਰਜੈਂਟ ਹੋਣੇ ਸੀ। ਅੱਛਾ ਹਾਂ, ਇਹ ਮਤਲਬ ਹਵਾਲਦਾਰ ਹੋਣੇ ਸੀ। ਇੱਕ ਸਾਡੇ ਗਿਆਨੀ ਸੇਵਾ ਸਿੰਘ, ਇਹ ਮੈਟ੍ਰਿਕ ਕੀਤੀ ਇਹਨਾਂ ਨੇ 1941 ਵਿੱਚ, ਇਹ ਬਾਰਾਮੂਲੇ ਤੋਂ, ਇਹ ਥੋੜ੍ਹੀ ਦੇਰ ਸਰਜੈਂਟ ਭਰਤੀ ਹੋਏ। ਅੱਛਾ, ਅਤੇ ਬਾਕੀ ਬਹੁਜਨ ਸਿੰਘ ਉਹਨਾਂ ਨੇ ਵੱਡੇ ਭਰਾ ਸੀ ਸੰਤੋਖ ਸਿੰਘ, ਉਹ ਵੀ ਸਰਜੈਂਟ ਸੀ। ਅੱਛਾ, ਅਤੇ ਬਾਕੀ ਸਾਡੇ ਪੌਂਠ ਵਿੱਚ ਇਸ ਤਰ੍ਹਾਂ ਕੋਈ ਮੁਲਾਜ਼ਮ ਨਹੀਂ ਸਰ। ਨਹੀਂ ਸਰ। ਅੱਛਾ ਪਾਪਾ, ਜਿਹੜਾ ਸਕੂਲ ਸਾ ਕੋਲ ਖਿਆ ਸਾ ਪੌਂਠ 'ਚ? ਨਹੀਂ ਪੌਂਠ ਕੋਈ ਸਕੂਲ ਨਹੀਂ ਸਰ, ਅਸ ਬਾਗ ਜਾਣੇ ਸੀ। ਤੁਸੀਂ ਵੀ ਤਾਂ ਗਿਆ? ਮੈਂ ਵੀ ਗਿਆ। ਤਾਂ ਕਿਹਨੇ ਤੱਕ ਪੜ੍ਹਿਆ ਤੁਸੀਂ? ਥੋੜ੍ਹੀ ਦੇਰ ਹੀ ਪੜ੍ਹਿਆ ਉੱਥੇ, ਲੇਕਿਨ ਨਾਲ ਜਿਹੜੇ ਗੁਆਂਢੀ ਸ਼ੁਆਂਢੀ ਸੀ ਉਹਨੇ ਨਾਲ ਹੀ ਗਹਿਣੇ ਹੋਣੇ ਸੀ, ਪੁਰਾਣੇ ਵਾਲਦੇ ਸੀ ਉੱਥੇ ਕਿ ਨਹੀਂ, ਉਹ ਉਰਦੂ ਹੀ ਪੜ੍ਹਾਉਣੇ ਸੀ, ਅੰਗਰੇਜ਼ੀ ਪੜ੍ਹਾਉਣੇ ਸੀ, 6ਵੀਂ 'ਚੋਂ ਅੰਗਰੇਜ਼ੀ ਸ਼ੁਰੂ ਹੋਈ। ਲੇਟ ਹੋਈ ਹੈ। ਅੱਛਾ, ਆਮ ਲੋਕ ਨਾਲ ਜਿਹੜਾ ਰਹਿਣ ਸਹਿਣ ਸਭ ਬੜੇ ਪਿਆਰ ਨਾਲ ਮਿਲੀ ਰਹੇ ਸੀ? ਬਿਲਕੁਲ, ਮਤਲਬ ਹੈ ਕਿ ਕਿਸੇ ਨਾ ਕੋਈ ਖੁਸ਼ੀ ਗਮੀ ਦੇ ਕਾਰਜ ਸਾਰਾ ਪਿੰਡ ਸਾਰੀ ਬਰਾਦਰੀ ਭਾਈਚਾਰਾ, ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿਸੇ ਨੇ ਤੁਸੀਂ ਦੱਸੀ ਨਾ ਹੋ ਸੀ, ਸਾਡਾ ਲੋਕਾਂ 'ਚ ਇਤਨਾ ਇਤਫਾਕ ਸਾ ਉਸ ਵੇਲੇ ਕਿ ਕਿਸੇ ਦੀ ਸ਼ਾਦੀ ਹੋ ਜਾਏ ਅਤੇ ਪਿੰਡ ਵਾਲਿਆਂ ਕੇ ਇਨਵਾਈਟ ਕਰਨੇ ਸੀ, ਅਤੇ ਜਿਹੜੇ ਰੋਟੀ ਖਿਲਾਉਣੇ ਸੀ ਰਾਤ ਨੂੰ, ਜਾਂ ਜ਼ਿਆਦਾ ਰਾਤ ਨਹੀਂ ਟਾਈਮ ਸਾ, ਧਿਆਨ ਸੀ ਅੱਛਾ ਜੀ ਉਹਨੇ ਪੌਂਠ ਪਾਈਆਂ ਵਾਲੇ ਆ ਜਾਓ ਜੀ, 50 ਆਦਮੀ ਆ ਜਾਓ, ਕਿਉਂਕਿ ਜਿੰਨਾ ਕੁ ਅਰੇਂਜਮੈਂਟ ਸਾ ਉਹਨਾਂ 50 'ਚ ਦੇਖਣ, ਉਹਨੇ ਕਹਿਣਾ ਜੀ ਸਾਡੇ ਦੱਸੋ ਵੀ ਤੁਸੀਂ ਫਲਾਣੇ ਫਲਾਣੇ ਸਾਰਿਆਂ ਨੂੰ ਆਖਿਆ ਨਾ, ਹਾਂਜੀ ਆਖਿਆ ਨਾ, ਅਗਰ ਉਹਨਾਂ ਵਿੱਚੋਂ ਇੱਕ ਬੰਦਾ ਵੀ ਜਿਸ ਨੂੰ ਇਨਵੀਟੇਸ਼ਨ ਐਸੀ ਅਤੇ ਅਗਰ ਨਹੀਂ ਆਇਆ ਨਾ, ਤਾਂ ਉਹ ਰੋਟੀ ਨਹੀਂ ਸੀ ਖਾਣੇ ਪਏ, ਉਹ ਸਾਡਾ ਬੰਦਾ ਇਹ ਸੀ 10 ਰੋਟੀ ਖਾਣੇ। ਅੱਛਾ, ਇੰਨੀ ਏਕਤਾ ਸੀ? ਇਤਨੀ ਏਕਤਾ ਸੀ, ਅਤੇ ਅਗਰ ਉਹ ਕੋਈ ਰੁੱਸਿਆ ਨਾ ਤਾਂ ਉਸਨੂੰ ਮਨਾ ਹੀ ਆਉਣਾ, ਤਾਂ ਫਿਰ ਰੋਟੀ ਖਾਣੇ ਸਾਰੇ। ਅੱਛਾ, ਅਤੇ ਰੋਟੀ ਮਤਲਬ ਹੈ ਸਾਰਿਆਂ ਇਕੱਠਿਆਂ ਖਾਣੀ, ਫਿਰ ਇਕੱਠੇ ਖਾਣੀ, ਦੂਰ ਦਰਾਜ ਜਿਸ ਜਾਣਾ ਉਹਨਾਂ ਨੂੰ ਫਿਰ ਰੋਸ਼ਨੀ ਨਾਲ ਬੰਦੋਬਸਤ ਕਰ ਦੇਣਾ, ਉਹਨਾਂ ਨੇ ਦੀਲੇ ਦੇ ਮੁੱਠੇ ਬਣਾ ਕੇ ਦੇਣੇ, ਅਤੇ ਉਹਨਾਂ ਨੂੰ ਬਜ਼ੁਰਗ ਜਿਹੜੇ ਸਨ ਉਹ ਕਿਸੇ ਅੱਗੇ ਜ਼ਰੂਰ, ਬੇਸ਼ੱਕ ਜਿਤਨੇ ਵੀ ਕਿਸੇ ਦੀ ਨਾਰਾਜ਼ਗੀ ਹੋਏ ਉਸ ਮਿਠਾਈ ਦੇ ਰੋਟੀ ਖਾਣੇ। ਅੱਛਾ, ਜਦੋਂ ਪਾਪਾ ਕੋਈ ਮਰੀ ਹੈ ਨਾ ਸਰ, ਉਦੋਂ ਜੋ ਰਾਤ ਅੱਜ ਵਾਲਾ ਹਿਸਾਬ ਸਾਹਿਬ ਘੰਟਾ ਹੈ ਕਿਸੇ ਬਹਿ ਨਾ, ਪੂਰੀ ਪੂਰੀ ਰਾਤ? ਨਹੀਂ ਨਹੀਂ, ਪੂਰੀ ਪੂਰੀ ਰਾਤ ਉੱਤੇ, ਪੂਰੀ ਪੂਰੀ ਰਾਤ, ਮਤਲਬ ਹੈ ਕਿ ਕੁੜੀਆਂ ਨਹੀਂ ਸਨ ਜਾਣੀਆਂ ਅਤੇ ਮਰਦ ਪੂਰੀ ਪੂਰੀ ਰਾਤ, ਮਤਲਬ ਇਹ ਉਹਦੇ ਐਵੇਂ ਜਾਈ ਨਹੀਂ ਕਰ, ਪੂਰੀ ਪੂਰੀ ਰਾਤ ਸ਼ਬਦ ਪੜ੍ਹਨੇ, ਜੋਟੀਆਂ ਨੇ ਸ਼ਬਦ ਪੜ੍ਹਨੇ। ਅੱਛਾ, ਹਾਂ, ਇਹ ਜਿਹੜਾ ਬਾਜੇ ਵਾਲਾ ਕੀਰਤਨ ਸ਼ੀਰਤਨ ਕੋਈ ਨਹੀਂ ਸਕਦਾ ਨਾ, ਇਹ ਕੀਰਤਨ ਸ਼ੀਰਤਨ ਕੋਈ ਨਹੀਂ ਸਕਦਾ ਨਾ, ਅਤੇ ਬਾਕੀ ਜੋਟੀਆਂ ਨੇ ਗੁਰਦੁਆਰਿਆਂ ਵਿੱਚ ਵੀ ਇਹ ਬਾਜਿਆਂ ਦਾ ਬੰਦੋਬਸਤ ਕੋਈ ਨਹੀਂ, ਜੋਟੀਆਂ ਨੇ ਸ਼ਬਦ ਪੜ੍ਹਨੇ ਸੀ ਸਾਰੇ। ਆਮ ਲੋਕਾਂ ਦਾ ਐਸੀ
आम लोगों गै सी इस ना कीर्तन कुर्तन करना शब्द याद नहीं शब्द सारे लोगों के जबानी याद अच्छा। सौ सौ दो दो सौ शब्द मतलब है कि पूरी पूरी रात एको बंदे लिया तो दो सौ शब्द पढ़ सकते अच्छा हाँ ए जिन्हें तुम ना लिया ना अमर सिंह और इन्हों पिता से गंगा सिंह और इन्होंने एक अगर होर सा सुंदर सिंह पुराने पोठाना अच्छा अच्छा ते ओ कदे खड़े होते तो उन्होंने रोका ना तो चारा दिन भावे मैं उन्नीस करने वो इतने आनी होर भी आनी आनी कीर्तन करने रे ना अपना पढ़ शब्द पढ़ने पूरी पूरी रात मतलब है जोटिया ने शब्द पढ़ने अच्छा पापा बदलो साड़ी जेड़े बरादरी सी सारी अमृतधारी अमृतधारी से कोई कृपाना शिरपाना कुछ सारे इतनी नहीं सी पाई होनी लेकिन है कि अमृत छके ना सा कम शाम करने से तो कुछ कृपान होनी चाहिए पक्के मतलब कोई दाढ़ी कैसे ना कोई छेड़ना नहीं कोई बिल्कुल करना बड़ा लोगों तराह बड़ा सा अच्छा। ये जड़े मानसे ना ये मतलब बड़े सख्त नोटिस लेने उनसे अगर कोई मतलब सारे मान जेड़े भी जाने रहे ना ते मतलब है कि कोई इस तरह कुरैती करना सा तो उसी बड़ी पूछगिछ होनी सी कोई सानू जरूरत नहीं सी ए आनी मरी इत्थे भी ये सारी पंजाबियां देखी देखी उन्हें देखी देखी चाचे पापा तुस गल करन लगे ने असें ही लगा लाना कि लोग आखने स्वर्ग हुण गल बकरी वे गुरमत ते चलो स्वर्ग नहीं खाता नहीं असें ही लगा लाना भी कोई स्वर्ग तू घटने सा जित्थे तू सिरे देखो जी गल ये सी कि उत्थे ईरखा नहीं सी कुछ नहीं एक दूसरे नाल प्यार किसे नाल कोई बहुत लेना देना नहीं लड़ाई झगड़ा कोई नहीं काम काज कोई बहुत कंपीटीशन नहीं सा अपना काम करना रोटी खानी तो सो जाना बाकी बाकी बैठे ने लोग जड़े शामी गप्पा शप्पा मारने से बैठी जड़ी है निके निके मुंडे कुड़ियां से इन्हें क्या मारनी पड़ाने होने से जड़े कोई मारनी पापा इस वेरी भी नहीं जिक्र किया मारनी होनी सी ना कैसी चीज थी बगैर मारनी तो नहीं देखो जी मारनी है होना सी कि भाई बैठाने बच्चे क्या पढ़ो भाई फिर उन्हें क्या पढ़ा जड़ा पंजाबी ने जरा कायदा कूड़ा आया इस तरह पढ़ाना फिर उन्हें क्या राग लाई पढ़ाना आ मुक्ता आ करना इस तरह मतलब है मतलब जड़ी उन्हें क्या मुँह चढ़ी सी उस तरह गाने से अच्छा सर पापा इन्नी शानदार तो सारे लोग कट्ठे मिली रही जो जो पंगा बनिया 1947 न्याड़ी कोई पहले पिणक भुणक थी सी उतर ये जी पिणक ना पिणक थोड़ी थोड़ी शुरू हुई सी शुरू इस गल्ला हुई कि ये जड़े से ना इधर जड़े कलकत्ते शलकत्ते तो पहले कोई झगड़े झगड़े शुरू होए फिरने रावलपिंडी तो साढ़े जड़े लोग इस पास आए न से वो सुनने सहने से कोई पंजाब मतलब आए न से कम काज तो मतलब सुनने से फिर इस तरह होया कि अंग्रेजा भी जड़े थोड़ी जी साजिश की थी उन्होंने शिकार ये किया कि 1945 अंग्रेजा ने तजर्बे के तौर पर आख्या भी तुम अपनी हकूमत बना अच्छा इस तरह हाँ उन्हें ताक इन्हें दिते ना उन्होंने अख्तियार दिते बना की दसा 1945 जेले हुकूमत बनाने की गल आई तो उस वेले झगड़ा शुरू होया कि प्राइम मिनिस्टर केड़ा हुआ जिना है मैं उसा ते ना जनाब बिल्कुल कोई नहीं सा जनाब बड़ा सैकुलर है अच्छा? उस इन्हों का मुसलमान लीडर सी लियाकत अली लियाकत अली कहने जी प्राइम मिनिस्टर नेहरू ही अपन सी आखिया जी डिप्टी प्राइम मिनिस्टर बना उ अड़ी आ पटेल के नहीं मैं बन सा फिर उसके बनाया इन्होंने फाइनेंस मिनिस्टर पटेल गया ना उस गया लियाकत अली गया जल्द फाइनेंस मिनिस्टर बनाया एक कोई प्रपोजल बना तो नुकते कड़ना शुरू होया नुकते कड़ना शुरू होया तो इन्होंने आपसी इख्तलाफ ये दरअसल पारा चाहने से के मतलब है कि मुसलमान साढ़े नालों अलग होन हाँ क्योंकि जो जनाह से ना जनाह मतलब है कि कम्युनली सा अच्छा सैकुलर आदमी सा वो सैकुलर आदमी सा जनाह ना जरा 14 नकाती प्रोग्राम से ना उस उसने ये किया कि हिंदुस्तान की तकसीम ना करो हिंदुस्तान की तकसीम करो अस कमज़ोर हो जाएंगे इसनू तकसीम ना करो तो जड़िया माइनॉरिटीज़ ने जिन्हें अपने डायरेक्ट इलेक्शन करी नहीं जीती सकनियाँ उन्होंने 1/3 रिजर्वेशन दियो क्या बात है तो रिजर्वेशन दियो ताकि उन्होंने भी नुमाइंदे वो भी महसूस करें कि अस भी देश वासी हैं चाहे वो किसी भी जगह मतलब है जिते हिंदू सिख मजारिटीज ने उत्थे दूसरी को मनू मतलब रिजर्वेशन दियो जिसलिए हाँ तो वो जो 14 नकाती प्रोग्राम है वो इन्होंने सूट नहीं सा कर रहा और उस वक्त जो सरहदी गांधी जिसन अब्दुल गफार खान गांधी आखने से वो भी बड़ा सैकल वो भी चाहना सा कि भाई मुल्क की तकसीम नहीं होनी चाहिए लेकिन जो कट्टरपंथी से ना वो चाहने से कि मुल्क की तकसीम हो जो आम आदमी का कोई मतलब मुल्क की तकसीम का कोई नहीं तो फिर जल्द तकसीम का प्रोसेस शुरू होया ना उस वे फिर इन्होंने काम किया कि
उस लई इन्होंने असैसमेंट शुरू की कि भाई जड़े जिस पास मजॉरिटी मुसलमान नहीं वह एरिया पाकिस्तान नू दे दो, जिस पास मजॉरिटी हिंदू नहीं वो हिंदुस्तान नू दे दो। ये फिर जिसले तकसीम होना शुरू हुई फिर वो प्रॉपर्टी नहीं जिसले असैसमेंट क्योंकि अदला बदली करना सी ना उसले फिर लोगों मतलब है कि ये हम एरिया साढ़े को नहीं रहना, फिर खड़वा खड़वी शुरू हुई, फिर घट किसा भी नहीं की। मतलब आने सिर्फ पापा 1 करोड़ 30 लाख आदमी जो माइग्रेंट होया नहीं वो जो आल ओवर इंडिया होया ना आल ओवर जो असी अपने रियासत जो अस तकरीबन 2 लाख बंदे रेफली 2 लाख बंदा जो माइग्रेट हो 2 लाख जो मुसलमान पार लंघे वो भी पिछले जे अस हिंदू सिख सिर 100 कुंभा जोड़ा ना साढ़े नाल मुसलमान भी आया जरा माइग्रेट हो। हाँ पापा गल सुना जी उन्हें का भी फैसिलिटी वही बिल्कुल मिली ने अजकल कपवाड़े सैटल ने। अच्छा जो 5.5 लाख उन्हें भी लगा बिल्कुल मिले उसी जो किसी दिता हो जो उन्हें जिना 14 नकाती फार्मूला जो पढ़ो उसे किसी जगह नहीं मतलब समेल होना के वो इस किस्म का फिरका प्रसाद भी। अच्छा पापा ये बड़ी कमाल तुसें गल दसी भी वह जो 100 मुसलमान आए कुपवाड़े दे। हाँ अच्छा वो भी साढ़े नाल बिल्कुल साढ़े शरणार्थी एक्शन कमेटी नाल शामिल कि छुड़ी आए थी वाला क्या वो बस उन्हें नहीं पसंद आया। अच्छा उतने का माहौल। अच्छा फिर जिसलै पंजाब जिसनी कटबड़ ये शुरू हुई 5.5 लाख कदों शुरू हुई है साढ़े इलाके कटबट उस तरह नहीं शुरू हुई जिस वेले मुजफ्फराबाद ने एरिए मतलब किया ना उसने पिछे बड़ी साजिश सी एक साजिश ये सी कि जड़ा उस वक्त तहसील बाग भी जड़ा मुसलमाना ना लीडर सा ना वो सा अब्दुल कयूम खान। अच्छा अब्दुल कयूम खान जड़ा सा वो सोल्जर बोर्ड का सैकटरी सा। अच्छा ते उसके कोई काम पिया वो आया लाहौर उसने नाल एक बंदा और उसने मुसलमान ही सब बड़ा जिद करना सा उस पिछे मतलब है फौज का ही उड़िया के ये जड़ा गया ये कवालिए ले वैसे गया। अच्छा भड़काई छोड़िया पिछे उसने घर कोई गलत काम किया। अच्छा वो आया तो उस मतलब है कि देखा कि मेरे घर को परेशानी नहीं खैर फिर नाल नाल ही मतलब है कि उसने अपना आप संभाल लिया ते 47 जिसले होया ते उसले दरअसल गल ये सी कि जेडे अंग्रेज़ा ने कोल काम करने से ना एक खान मोहम्मद होया कोई। अच्छा खान सामा सी अनपढ़ बंदा सी ज़्यादा उस लोग मतलब भड़काए। अच्छा एक अनपढ़ बंदे और ये पढ़े लिखे भी अनपढ़ ने चार जड़े और जिस तुस आखने ना जिस क्या इब्राहिम बैरिस्टर जड़ा है उसनू भी उसे इस्तेमाल किया। अच्छा खान मोहम्मद बलैतापड़ी आया सर ना लेकिन जिसल मॉब मेंटेलिटी हो तो बलैत शलैत रही है नहीं एक पास जल्द जल्द करोड़ एक पास चले ना तो कोई सियाना बंदा भी मतलब ज्यादा उस करोड़ ना शामिल हो तो उसके लोग पत्थर मारी 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 छोड़ने। अच्छा अच्छा इस तो वो जरा से ना उसने ये काम किया कि जेडे पुराने सबका फौजी से ना मुसलमान वो उस ऑर्गेनाइज किए। अच्छा कि भाई अस अपनी एक फौज बनाने जिस ना हम सारे लोग इसे फौज बनाने कोई भीम सेन बनाना कोई शिव सेना बनाई नहीं कुछ RSS बनाई नहीं कुछ अकाल सेना बनाई नहीं कुछ कोई सेना रणबीर सेना बनाई नहीं भाई मैं फौज तो सरकारी फौज तो पुलिस होने इन्ना सेना नहीं लोड़ के दी है लेकिन बनाई जाने लोग रोकना कोई नहीं क्योंकि इन्होंने सारे पास हाथ फैलाए इन्होंने तो उस वेले उन्हें फैलाई तो उन्होंने ये कोशिश की कि हरी सिंह जड़ा ना ये कोई 47 दे इस कल्लू घर तो कोई 6-7 महीने पहले रावला कोट गया उन्हें ही बुलाया उन्हें बुलाया कि अस तेन गार्ड ऑफ ऑनर देना चाहते जितने रिटायर फौजी वगैरह ये रात ही रहा उसे डाक बंगले सवेरे कुछ इसके आही जोड़िया कि ये उन्हें हथियार बंद सारे कि उन्होंने कहा कि असी जो भी साढ़े को ट्रेडिशनल हथियार दे ये ले दस तुम सलामी देने तो किसे रात ही कन्न भरी छोड़े राजे ने कि हो सकने कि तुझे गोली मारी छोड़न तो उस राजे भाना बनाई छोड़िया कि मेरा पेट दर्द है मैं नहीं कर सवेरे उस आखिया जी मैं नहीं सलामी लैनी तो वो हिंदू सिखें क्या आखी आ कि हूँ रबिया आखा मैं थोड़ी मदद नहीं करी सकना तुम अपना बचाव आप ही करी सकना ये कोई 4 महीने पहले। अच्छा अपने खड़े करिए जो। अच्छा उस आखिया मेरे को मैं नहीं तुम बचाई सकना हूँ रब बचाए तो बचाए
ਬਸ ਉਹਨੇ ਸ਼ੇਰੀ ਲੱਭੀ ਬਸ ਫਿਰ ਉਹਨੇ ਜਿਹੜੇ ਸਾਨੂੰ ਕਰਨੀਆਂ ਤਾਂ ਘੱਟ ਸਾੜਿਆ ਵੀ ਨਹੀਂ ਕੀਤੀ ਸਾਰਿਆਂ ਜਿਸ ਵੇਲੇ ਸ਼ੁਰੂ ਹੋਈ ਆ ਫਿਰ ਕੁਣ ਦੇਖਣਾ ਹੁਣ ਕਿਸੇ ਕੇ ਕੀ ਇਲਜ਼ਾਮ ਲਈਏ ਕਿ ਉਹਨੇ ਮਾਰਿਆ ਕਿ ਅਸੀਂ ਮਾਰਿਆ ਫਿਰ ਤੁਸ ਬੱਲਾ ਨਿਕਲਿਆ ਘਰ ਆਇਆ ਰਾਤੀ ਨਿਕਲੀ ਆ ਨਹੀਂ ਅਸੀਂ ਰਾਤੀ ਨਿਕਲਿਆ ਅੱਛਾ ਆਉਣਾ ਨਿਕਲਿਆ ਫਿਰ ਰਾਤੀ ਕੁਧਰ ਆਇਆ ਫਿਰ ਘਰ ਨਿਕਲ ਗੱਲ ਇਹ ਸੀ ਕਿ ਅਸੀਂ ਜਿਹੜਾ ਸੀ ਨਾ ਸਾਰੇ ਅਸੀਂ ਕੱਢਣ ਵਾਲਾ ਸਾ ਜੱਜ ਮੋਤੀ ਰਾਮ ਮੋਤੀ ਰਾਮ ਪਾਪਾ ਗੱਲ ਸੁਣਾ ਇਹ ਪਹਿਲਾਂ ਜੱਜ ਮੋਤੀ ਰਾਮ ਜਿਹੜਾ ਸਾ ਰਾਵਲਾ ਕੋਟ ਵੀ ਜੱਜ ਰਿਹਾ ਜੀ ਨਾ ਇਹ ਰਾਵਲਾ ਕੋਟ ਵਕਾਲਤ ਕਰਨਾ ਸਾ ਅੱਛਾ ਇਹ ਮੁਨਸਿਫ ਬਣੀ ਦਾ ਆਇਆ ਉੱਥੇ ਬਾਗ ਬਾਗ ਰਾਵਲਾ ਕੋਟ ਸਾ ਜੱਜ ਅਮੀਰ ਸਿੰਘ ਅੱਛਾ ਅਤੇ ਇਹ ਆਈਆ ਉੱਥੇ ਬਾਗ ਜਿਹੜੇ ਬਾਗ ਆਏ ਤਾਂ ਥੋੜ੍ਹੇ ਜਿਹੇ ਹਾਲਾਤ ਖਰਾਬ ਹੋਣਾ ਸ਼ੁਰੂ ਹੋ ਗਏ ਅਤੇ ਸਾਰੇ ਪਾਵਰ ਇਸਨੇ ਆਪਣੇ ਹੱਥ ਲਈ ਛੋੜੇ ਅੱਛਾ ਇਹ ਬਣੀਆ ਉੱਥੇ ਡਿਕਟੇਟਰ ਅੱਛਾ ਪੁਣਛ ਦੇ ਰਾਜੇ ਨਾਲ ਇਸਦਾ ਲਈ ਆਨ ਸੇ ਮਤਲਬ ਇਸਨੇ ਕੋਈ ਅੰਡਰਸਟੈਂਡਿੰਗ ਹੋਈ ਹੈ ਉਸ ਅਗਰ ਤੂੰ ਜੋ ਕਰ ਸਕਦਾ ਤੂੰ ਮਤਲਬ ਹੈ ਅੱਗੇ ਕਰ ਇਸ ਨੇ ਫਿਰ ਸਾਰੇ ਅਖਤਿਆਰਾਤ ਆਪਣੇ ਕੋਲ ਲੈ ਲਏ ਸਾਰੀ ਮਸ਼ੀਨਰੀ ਆਪਣੇ ਕਾਬੂ 'ਚ ਕਰ ਲਈ ਅਤੇ ਇਸਨੇ ਅੰਦਾਜ਼ਾ ਇਹ ਲਾਇਆ ਕਿ ਇੱਥੇ ਹੁਣ ਸਾਡੇ ਬਚਾਅ ਨਹੀਂ ਕੋਈ ਸਾਡੇ ਕੋਲ ਕੋਈ ਨਹੀਂ ਕਿਉਂਕਿ ਜਿਹੜੀ ਫੌਜ ਸੀ ਫੌਜ ਵੀ ਇਸ ਤਰ੍ਹਾਂ ਮੁਜ਼ਫਰਾਬਾਦ ਨੇ ਪਿਛਲੇ ਪਾਸੇ ਪੀਰ ਪੰਜਾਲ ਨੇ ਪਾਸਿਓਂ ਆਈ ਅਤੇ ਉਹ ਵੀ ਭੁੱਖੀ ਪਾਣੀ ਅਤੇ ਉਹ ਵੀ ਕੋਈ ਫੌਜ ਨੇ ਘੱਟ ਜੇ ਬੰਦੇ ਸੇ ਤਾਂ ਉਹ ਫੌਜ ਮਸਾਂ ਆਪਣੀ ਮਤਲਬ ਜਾਨ ਬਚਾਉਣੀ ਫਿਰ ਰਹੀ ਸੀ ਉਸ ਲਈ ਕਮਾਂਡ ਕਰਨਾ ਸਾ ਇਹ ਕਰਨਲ ਅਮਲੂਕ ਸਿੰਘ ਅਤੇ ਉਸਦੇ ਨਾਲ ਸਾ ਇੱਕ ਮੇਜਰ ਖਜੂਰ ਸਿੰਘ ਇਹ ਮਤਲਬ ਸਾ ਇਹਦੇ ਮਤਲਬ ਡੋਗਰਾ ਰੈਜੀਮੈਂਟ ਅਤੇ ਇਹ ਵੀ ਮਸਾਂ ਆਪਣੇ ਨਾਲ ਇਹਨਾਂ ਇਹ ਹੈ ਵੀ ਅੱਲਾ ਸ਼ੇਰੀ ਦਿੰਦੇ ਵੀ ਨਿਕਲੋ 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 ਰੁਕਿਓ ਨਾ ਫਿਰ ਜੱਜ ਮੋਤੀ ਰਾਮ ਨੇ ਕਿਹਾ ਵੀ ਤੁਸੀਂ ਹੁਣ ਨਿਕਲਣਾ ਪਏਗਾ ਤੁਹਾਨੂੰ ਤਾਂ ਇੱਕ ਦੋ ਦਿਨ ਪਹਿਲਾਂ ਉਸਨੇ ਦੱਸਿਆ ਕਿ ਹੁਣ ਤਿਆਰੀ ਕਰੋ ਲੇਕਿਨ ਮੂੰਹ ਰੱਖਿਆ ਪੁੰਛ ਵਾਲੇ ਪਾਸੇ ਉਧਰ ਹਾਂ ਅੱਗੇ ਪਿੱਛੇ ਨਾ ਦੇਖਿਆ ਅਤੇ ਪੁੰਛ ਵਾਲੇ ਪਾਸੇ ਰੱਖਿਆ ਤਾਂ ਬਹੁਤਾ ਸਾਜੋ ਸਮਾਨ ਨਾ ਤਰੀਕਿਆ ਮਤਲਬ ਸਾਜੋ ਸਮਾਨ ਕਰਨੇ ਉਸ ਵੇਲੇ ਫਿਰ ਜਿਹੜੇ ਜਿਹੜੇ ਸਿਆਣੇ ਲੋਕ ਸੀ ਅਤੇ ਉਹਨਾਂ ਨੇ ਮਤਲਬ ਸਾਜੋ ਸਮਾਨ ਤਾਂ ਕੱਖ ਨਹੀਂ ਆਪਣੇ ਬਾਲ ਬੱਚਾ ਮਾਰਿਆ ਕੋਈ ਇੱਕ ਇੱਕ ਕੋਈ ਕਿਸੇ ਲੋਹੀ ਕਿਸੇ ਕੰਬਲ ਜਿਹੜਾ ਕੋਈ ਐਸਾ ਉਹ ਲਿਆ ਤਾਂ ਬਸ ਸਰਦੀਆਂ ਨੇ ਦਿਨ ਸੇ ਕਦ ਤੱਕ ਮੈਂ ਇਸ ਮਤਲਬ ਉੱਥੋਂ ਨਿਕਲਿਆ ਅਤੇ ਫਿਰ ਰਾਤੀ ਫਿਰ ਅੰਧੇਰਾ ਕਿੰਨਾ ਕਿੰਨਾ ਟਾਈਮ ਲੱਗਿਆ ਤੁਸੀਂ ਪੁੱਛ ਪੁੱਛਦੇ ਹੋ ਅਸੀਂ ਕੋਈ ਤੀਸਰੇ ਦਿਨ ਪੁੱਜਿਆ ਭੁੱਖੇ ਭਾਣੇ ਜਾਂ ਕੀ ਰਸਤੇ ਖਾਧਾ ਵੀ ਆ ਨਹੀਂ ਫਿਰ ਰਸਤੇ ਕੌਣ ਤਾਂ ਉਸੇ ਕਿਹੜੇ ਕੋਈ ਹੋਟਲ ਸੀ ਜਾਂ ਕਿਸੇ ਦਿਨ ਅਸੀਂ ਆਪਣਾ ਜਿਹੜਾ ਕੋਈ ਬਣਾਇਆ ਸਾ ਉਹ ਮਤਲਬ ਹੈ ਕੋਈ ਰੱਖਿਆ ਨਾ ਸਰ ਥੋੜ੍ਹਾ ਫੱਕੇ ਪਰਿਵਾਰਕ ਮੈਂਬਰ ਜਾਂ ਕੋਈ ਰਿਸ਼ਤੇਦਾਰ ਕੋਈ ਸੀ ਕੋਈ ਮਾਰਿਆ ਵੀ ਗਿਆ ਕੋਈ ਜਾਂ ਸਾਡੇ ਪੋਠਾ ਵਿੱਚੋਂ ਮਤਲਬ ਹੈ ਕਿ ਮੇਰੇ ਚਾਚੇ ਸਨ ਬਚਨ ਸਿੰਘ ਪੰਛੀ ਉਹਨਾਂ ਦੇ ਵੱਡੇ ਭਰਾ ਗਿਆਰੀ ਜਸਵੰਤ ਸਿੰਘ ਹੋਰੀ ਅੱਛਾ ਉਹ ਮਾਰੇ ਗਏ ਉਹਨਾਂ ਦੀ ਘਰਵਾਲੀ ਉੱਥੇ ਪਕੜੀ ਗਈ ਉਹਨਾਂ ਦਾ ਬੇਟਾ ਅਤੇ ਬੇਟੀ ਉੱਥੇ ਕਰੇ ਪੌਂਠੇ ਨੇ ਅਸ ਇਕੱਠੇ ਸਨ ਸਾਡਾ ਘਰ ਉਹ ਇਸ ਕਰੀ ਦੇ ਨਾ ਕਿ ਉਹ ਇੱਕ ਉਹਨਾਂ ਦੇ ਰਿਸ਼ਤੇਦਾਰ ਇੱਕ ਕੁੜੀ ਸੀ ਅਤੇ ਉਸ ਬੱਚੀ ਬੱਚਾ ਹੋਣਾ ਸਾ ਅਤੇ ਉਹ ਮਤਲਬ ਸਾਡੀ ਦਾਦੀ ਨੂੰ ਕਹਿਣ ਲਈ ਕਿ ਮੈਂ ਠੀਕ ਨਹੀਂ ਹਾਂ ਅਤੇ ਮੇਰੇ ਕੋਈ ਨਹੀਂ ਉਹ ਫਿਰ ਉੱਥੇ ਮਤਲਬ ਹੈ ਕਿ ਰੁਕੇ ਅਤੇ ਉਹ ਡਿਲੀਵਰੀ ਕਰਾਉਣੇ ਮਤਲਬ ਟਾਈਮ ਹੋ ਗਿਆ ਦਿੱਤਾ ਅਤੇ ਫਿਰ ਉਹ ਪਕੜੇ ਗਏ ਤਾਂ ਉੱਥੇ ਹੀ ਆ ਡਾਕਟਰ ਜਵਾਹਰ ਸਿੰਘ ਉੱਥੇ ਹੀ ਆ ਜੱਜ ਮੋਤੀ ਰਾਮ ਇਹ ਸਾਰੇ ਉੱਥੇ ਹੀ ਮਾਰੇ ਗਏ ਮੋਤੀ ਰਾਮ ਵੀ ਮਾਰੇ ਗਿਆ ਮੋਤੀ ਰਾਮ ਦੀ ਜਨਾਨੀ ਨੂੰ ਵੀ ਉੱਥੇ ਡਿਲੀਵਰੀ ਹੋਈ ਨਾ ਅਤੇ ਮੋਤੀ ਰਾਮ ਦੀ ਜਨਾਨੀ ਅਤੇ ਬੱਚੇ ਜਿਹੜੀ ਹੋਈ ਉਹ ਅੱਜ ਕੱਲ੍ਹ ਇੱਥੇ ਡਾਕਟਰ ਰਾਮ ਲਾਲ ਹੈ ਉਸਨੇ ਤੁਸੀਂ ਬਚਾਈ ਆਪਣੀ ਜਾਨ ਦੀ ਉਹ ਪਹਿਲੇ ਹੀ ਆਖਣਾ ਸਾ ਉਹ ਅਨਸਰ ਮੈਂ ਇਸ ਨਾ ਛੋੜੀ ਸਕਣਾ ਅੱਛਾ ਮੈਂ ਮਤਲਬ ਮੈਂ ਮਾਰੀਏ ਸਾਂ ਇਹ ਆਪਣੀ ਕਿਸਮਤ ਦਾ ਬੱਜੀ ਜਾਂ ਬੱਜੀ ਹੈ ਲੇਕਿਨ ਮੈਂ ਇਸ ਨੂੰ ਮਤਲਬ ਹੈ ਛੋੜੀ ਮੈਂ ਨਹੀਂ ਜਾਣਾ ਕਿਉਂਕਿ ਇਹ ਪ੍ਰੈਗਨੈਂਟ ਹੈ ਮੈਂ ਨਹੀਂ ਛੋੜੀ ਔਰ ਉਹ ਆਪੇ ਅੱਛਾ ਬਾਬਾ ਜੀ ਪੁੱਛ ਪੁੱਜਿਆ ਤੁਸੀਂ ਤਾਂ ਫਿਰ ਥਿਆ ਸਕੂ ਕਿ ਕਿਸੇ ਨੇ ਬਾਡੀ ਮੁੰਡੀ ਮਲੀ ਆਣੀ ਕਿਸੇ ਨਹੀਂ ਇਸ ਜਿਹੜੇ ਆਇਆ ਨਾ ਅਸ ਅਤੇ ਪਹਿਲੇ ਉਹਨੇ ਜਿਹੜੇ ਜਿਹੜਾ ਹੁਣ ਜਿਹੜਾ ਹਾਈ ਗਰਾਊਂਡ ਦਾ ਇਹ ਕਬਰਸਤਾਨ ਜੀ ਅਸਾਂ ਉੱਥੇ ਲੋਕਾਂ ਇਸ ਦਿਨ ਪੰਗਤਾਂ ਲਾਈ ਅਤੇ ਉਹਨਾਂ ਜੀ ਖਿਚੜੀ ਹੀ ਦਿੱਤੀ ਅਸੀਂ ਉਹ ਚੋਲ ਕਣੀ ਛੋਲੇ ਨਹੀਂ ਦਾਲ ਵਿੱਚ ਪਾਈ ਰਹੀ ਉਹਦੀ ਖਿਚੜੀ ਅਤੇ ਉਸੀ ਕੋਈ ਪਾਇਆ ਨਾ ਹੋਵੇ ਕੋਈ ਚੂਨਾ ਪਾਇਆ ਨਾ ਹੋਇਆ ਬੜੀ ਦੁਨੀਆ ਮਾਰੀ ਉਹ ਮਤਲਬ ਜਿਹੜਾ ਖਾਣਾ ਚਾਹੇ ਤਾਂ ਦੌੜਨਾ ਚਾਹੇ ਬੇਤਾਲ ਵਾਲੇ ਪਾਸੇ ਉਹਨੇ ਪੇਟ ਸਾਰੇ ਖਰਾਬ ਹੋਏ ਉਸ ਤੋਂ ਬਾਅਦ ਫਿਰ ਹੋਰ ਤਾਂ ਨਿਕਲ ਜਾ ਤਾਂ ਪੁਲਿਸ ਤਾਂ ਨਿਕਲ ਜਾ ਤਾਂ ਟੋਣ ਸਾ ਅਤੇ ਫਿਰ ਉਹ ਦੇਖਿਆ ਵੀ ਕੋਈ ਖਾਲੀ ਮਕਾਨ ਹੈ ਮਤਲਬ ਹੈ ਕਿ ਕਿਸੇ ਦਾ ਐਸੀ ਨਵਾਂ ਨਵਾਂ ਮਕਾਨ ਹੈ ਕੋਈ ਮਿਸਤਰੀ ਕੋਈ ਹੈ ਉਸ ਬਣਾਇਆ ਨਾ ਸਰ ਉਸ ਮਕਾਨ 'ਚ ਅਸ ਕੋਈ 9 ਕੁੰਬੇ ਇਕੱਠੇ ਆ ਅੱਛਾ ਹਾਂ ਉਹ ਤਾਂ ਕਿੰਨਾ ਚਿਰ ਰਿਹਾ ਉੱਥੇ ਅਸ ਰਿਹਾ ਕੋਈ 6 ਮਹੀਨੇ ਉੱਥੇ ਰਿਹਾ ਤਾਂ ਫਿਰ ਜ਼ਿਲ੍ਹਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਜਾਜ ਗਰਾਊਂਡ ਬਣਾਇਆ ਸੀ ਜਾਇਆ ਜਿਹੜੀ ਜਾਜ ਗਰਾਊਂਡ ਜਿਸਲੇ ਬਣਿਆ ਅਸੀਂ ਵੀ ਉੱਥੇ ਸੀ ਅਸੀਂ ਵੀ ਵੱਟੇ ਛੱਟੇ ਪਛੇ ਇੱਧਰ ਤੁਸੀਂ ਲੱਗ ਰਿਹਾ ਬਿਲਕੁਲ ਲੱਗ ਰਿਹਾ ਬਾਬਾ ਅਗਰ ਪ੍ਰੀਤਮ ਸਿੰਘ ਮੈਂ ਕਹਾਂ ਹੁਣ ਉਸ ਨਾਲ ਮੁੰਡਾ ਵੀ ਕਰਨਾ ਫੋਨ ਵਿਚਾਰਾ ਸਵੇਰੇ ਵੀ ਤੁਸੀਂ ਕਹਾਣੇ ਅਗਰ ਪ੍ਰੀਤਮ ਸਿੰਘ ਨੇ ਅਚੀਵਮੈਂਟ ਥਈ ਉੱਤੇ ਗੱਲ ਇਹ ਸੀ ਕਿ ਉਸ ਵੇਲੇ ਹੋਰ ਕੋਈ ਐਡਮਿਨਿਸਟ੍ਰੇਸ਼ਨ ਤਾਂ ਹੈ ਨਹੀਂ ਸੀ ਰਾਜੇ ਕੋਲ ਤਾਂ ਕੋਈ ਸਾਧਨ ਹੈ ਨਹੀਂ ਸਰ ਅਤੇ ਪ੍ਰੀਤਮ ਸਿੰਘ ਜਿਹੜਾ ਇਹ ਕਿਧਰੇ ਮੇਜਰ ਸਰ
मेजर तो बाद ये मतलब उस दौरान ही कर्नल बनया। जल्द पुंछ पुजा तो उन्होंने देते छोड़ा गया जी तू ब्रिगेडियर। तो यह बंदा जरा चंगा उच्चा लंबा सी असं देखा नहीं सी ते दलेर आदमी सी जिन सारे आने से भी तू अगे ना जान सा माड़ी गोली मैनू मारने से अजे गोली नहीं बनी तो उसने को हैर कोई है नहीं। फिर उसने कहा भी उसने इतने भुखे मरी लिया। फिर रोज़ एक पिंड मतलब अटैक करना जरा उतों जो लुट्टी लाटी जो कोई लियाना फिर वो आगे लोगें मतलब खाना कहना कोई बुढ़ा ठेडा रह जाए उसने समान उस आपे चुकी ले जाना। अच्छा मतलब उसे सारे रोटी रोटी ना ला ले से रोटे। फिर जल्द जहाज ग्राउंड बनी तो फिर लगे मतलब उतरिया जम्मू कंपनी पर उतरिया उसकी ना ना अस इतने उतरे ना हवाई अड्डे उपर। अच्छा है जरा साढ़े गुआढ़ी है हाँ अजायब घर अस रहे कोई 15-20 दिन उस तो बाद फिर अस ना उस बाद इत एक दो एक मकान एक मलिया उस छोड़िया फिर दूसरा मलिया कोई 3-4 एक महीने ये रहा तो उस बाद फिर नगरोटे टुरियाँ वो तक नहीं रहा नगरोटे समय 50 दे आखिर तक रहा उतक ही दाखिल होया रहा स्कूल स्कूल पहले भी दाखिल सब पर उत्थे भी जाए दोबारा फिर पापा तुसें जिहड़ी है ये अपनी स्टडी इत्थे की थी स्टडी में इत्थे की थी। अच्छा तो फिर तुसें कदों तुहाड़े मतलब कि स्टडी क्या की थी तुसें दसा हो भी साढ़े लोगों पता लग गया भाई गल ये है हाँ कोई माड़ी कोई खास पढ़ाई नहीं एम ए पोलिटिकल साइंस अच्छा एम ए पंजाबी अच्छा बी एड ते एल एल बी प्रोफेशनल और निकी कोई कोर्स कर निके निके मतलब तो बस। अच्छा तो प्रैक्टिस कर रहे हैं कि नजर हुई प्रैक्टिस होने ही 22 साल होने लगे। अच्छा हाँ उससे पहले मैं सर्विस करना सन किसी मैं एजुकेशन डिपार्टमेंट सर वो तक नहीं की 40 साल 3 महीने 12 दिन। अच्छा 40 यो कितनी दा भाई ये गल सुना मैं एवं थोड़े आया तो पौंड पाई है नहीं चेहरे नहीं रौनक दी ना देखी लगना तो सारा भी इन्नी उम्र लगे तुम ये हाले इं मार रहे गप्पा में भावें उम्र तो लगनी नहीं जिनी तुम्हें नौकरी दसी ना इन्नी मेरे प्यो पापे माड़े नहीं उम्र की जिन्हें तुम्हें कम करना हो मेरे पापे नहीं होती कोई खिंची मैं 3-4 साल तुस उस उपर टपी है अच्छा गल सुना पापा हाँ जी उम्र कि बनी सारी 80 नौकरी नागरी चलना रहा सिलसिला बाकी 47 तो पहले सोफे से इतने भी आनी ठीक ही रही रोटी शोटी चल रही ठीक बाकी साडा जेड़ा परिवार है साढ़े चाचा जी बचन सिंह पंछी जिन्हें शरणार्थी एक्शन कमेटी ने मूवमेंट चलाई साढ़े पिता जी भी उन्होंने चले से पहली बार पार्लीमेंट में जिन्हें लोगों 5 आदमी जाइए हंगामा किया था। अच्छा उन्होंने मतलब 5 आदमी गए से मेरे मेरे पिता जी उन्होंने नाम सरदार लायक सिंह उन्होंने नंबरदार मियाँ सिंह लोअर गाडीगढ़ वाले जमेदार रघबीर सिंह इतने अजीत नगर वाले हवालदार केर सिंह जी वह भी अजीत नगर वाले तो एक पंडित तोला राम सिंह अखनूर वाले ये 5 आदमी गए 1977 इन्होंने साढ़े नहीं थी फर्स्ट टाइम गल हुई निक्की निक्की बारिश लगी नहीं सी सर्दियों ने दिन से कोट पाए न से बुढ़े बुढ़े एक्शन कोट पाए न से अंदर अपने जी डिमांड की माटो से अंदर रखे ने से इन्हें तो बाहर कटे ने सुटियाँ हाथ ले गए कुसै रोकया नहीं पहले उसल इतनी कोई सख्ती भी नहीं सी जिसल पार्लीमेंट ने लाबी भी पुजी है तो इन्हें जाने नहरा शरणार्थी एक्शन कमेटी जिंदाबाद शरणार्थी हम क्या चाहते इंसाफ तो उधरों जड़े वो उन्हें सन माटो ने कागज बाहर मतलब माटो इस तरह वो सारे मतलब ये किस तरह लाबी भी चाहिए फिर वो जो उन्होंने आ गए पुलिस वाले उन्होंने पकड़ के लाइए जज को उन्होंने कहने आई तुम माफ़ी मंगो तो छड़ देंगे नहीं तो उन्होंने सजा दे उन्हें क्या अस अपना मसला हाईलाइट करने वास्ते आए हैं सजा देने दिया जिनी देने हैं अस माफ़ी नहीं मंगने फिर तिहाड़ जेल कटी है उन्होंने फोटो सामने। अच्छा जेल भी कटी नहीं हाँ। अच्छा मैं एक गल एक थोड़ी गल रोकना सर इतना कुसै पूछा ना है जी 5.5 कांग्रेस पूछा वो आने असें दिता जी भी पूछा वो आने असें दिता
ਮਾੜਾ ਜਿਹਾ ਵੀ ਉੱਠੀ ਆਉਣਾ ਜੀ, ਇਹ ਗੱਲ ਮੈਂ ਸ਼ੁਰੂ ਕੀਤੀ ਲੀਡਰ ਮਹੀਂ ਅਸਸ, ਕਿਆ ਬਾਤ ਹੈ, ਇਹ 77 ਵਿੱਚ ਜਿਹੜੀ ਪਹਿਲੀ ਵਾਰ ਆਵਾਜ਼ ਉੱਠੀ ਇਹ ਤੁਹਾਡੇ ਬਜ਼ੁਰਗਾਂ ਚੁੱਕੀ। ਇਹ ਜਨਰਲ ਜਿਹੜੀ ਐਕਸ਼ਨ ਕਮੇਟੀ ਬਣੀ, ਹਾਂ ਹਾਂ ਸ਼ਨਾਖਤ ਐਕਸ਼ਨ, ਉਹ ਬਣੀ 1 ਅਕਤੂਬਰ 1967 ਨੂੰ। ਵਾਹ। ਅਤੇ ਉਹ ਫਿਰ ਜਦੋਂ ਵੀ ਚੱਲਣੀ ਰਹੀ, ਪਹਿਲਾਂ ਇੱਥੇ ਜੇਲ੍ਹ ਭਰੋ ਅੰਦੋਲਨ ਹੋਇਆ, ਕੋਈ ਕਹਿੰਦਾ ਗ੍ਰਿਫਤਾਰੀਆਂ ਵਗੈਰਾ ਹੋਈਆਂ, ਫਿਰ ਆਖਰੀ ਫਿਰ ਇੱਕ ਜਿਸਲੇ ਕੋਈ ਹੀਲਾ ਨਹੀਂ ਹੋਇਆ ਤਾਂ ਉਸਲੇ ਫਿਰ ਇਹ ਬੰਦੇ 5 ਉਤਰੇ। ਇਹਨਾਂ ਆਖਿਆ ਵੀ ਜੇ ਸਾਨੂੰ ਕਿਸੇ ਮਾਰ ਦਿੱਤਾ, ਗੋਲੀ ਪੈ ਲੱਗ ਤਾਂ ਵੀ ਖਾ ਲੈ ਗਿਆ, ਅਸੀਂ ਜ਼ਿਆਦਾ ਮਤਲਬ ਹੈ ਉੱਥੇ ਮਾਫ਼ੀ ਨਹੀਂ ਮੰਗਣਾ, ਅਸੀਂ ਪਾਰਲੀਮੈਂਟ ਇੱਕ ਵਾਰ ਆਪਣੀ ਆਵਾਜ਼ ਪੈਦਾ ਕਰੀ ਤਾਂ ਆ ਜਾਵਾਂਗੇ। ਫਿਰ ਇਹ ਗਏ, ਇਹਨਾਂ ਗਿਆ ਮਤਲਬ ਉੱਥੇ ਬਾਅਦ ਇਹਨੇ ਕਿਹਾ ਜੇਲ੍ਹ ਛੇਲ ਹੋਈ ਅਤੇ ਕੋਈ ਦੋ ਦੋ ਮਹੀਨੇ ਕੱਢੀ ਤਾਂ ਮਤਲਬ ਕਿਆ ਬੜੀ ਵੱਡੀ ਅਚੀਵਮੈਂਟ ਸੀ ਨਹੀਂ ਤਾਂ ਅਸੀਂ ਅਸੀਂ ਨੇ ਸਿਰਿਆ ਹੈ ਕਿ ਇਹ ਜਿਹੜੀ ਫੋਟੋ ਜੀ ਨਾ ਇਹ ਬਸ 1977 ਨੇ ਉਹਦੀ ਬਾਈ ਕਰਨਾ, ਸਾਰੀ ਇੱਕ ਮਿੰਟ ਬਾਈ ਕਰਨੇ ਆ ਫੋਟੋਆਂ ਹੀ ਦੱਸਣੀਆਂ। ਅੱਛਾ ਪਾਪਾ ਗੱਲ ਸੁਣਾ, ਬੜਾ ਸੰਘਰਸ਼ ਤੁਸੀਂ ਕੀਤਾ, ਦੇਖਾ ਜਿਸ ਦਿਨ ਘਰਾਂ ਤੁਰੇ ਸੀ ਅਤੇ ਪੈਰ ਨੇ ਹੋਈ ਆ ਬੂਟ ਕੋਈ ਚੀਜ਼ ਨਹੀਂ ਟੰਗੀ ਕੱਖ ਕੀ ਬੀਜੇ ਨੇ ਚੇਤਾ ਦੇਣਾ ਅਸੀਂ ਜਿਸ ਦਿਨ ਘਰ ਬਿਲਕੁਲ ਬਿਲਕੁਲ ਛੋੜੇ ਆਪਣਾ ਘਰ ਚੇਤਾ ਹੈ ਪੂਰਾ ਬਿਲਕੁਲ ਚੇਤਾ ਆਖੇ ਨੇ ਸਾਹਮਣੇ ਜਿੱਥੇ ਚੀਜ਼ਾਂ ਦੱਬੀ ਨਹੀਂ ਉਹ ਵੀ ਪਤਾ। ਅੱਛਾ ਮੈਂ ਦੱਬੀ ਆਏ ਨਾ ਕਿ ਹੋਸ਼ੋ ਤੁਸੀਂ ਇਸ ਗੈਰੀ ਦੱਬੀ ਆਏਗੇ ਚਾਂਦੀ ਨੇ ਰੁਪਏ ਸੇ ਨਾ ਅਤੇ ਉਹ ਫਿਰ ਚੁੱਕੀ ਚੱਲ ਨਹੀਂ ਸਾ ਹੋਣਾ ਉਹ ਕੋਈ ਸਾਡੇ ਨਾਨਕਿਆਂ ਵੀ ਆਉਣੀ ਸਾਡੇ ਕੋਲ ਦੱਬੇ, ਸਾਡੀ ਮਾਉਨੀ ਪੋਆ ਸੀ ਉਸ ਵੀ ਆਉਣੀ ਦੱਬੇ, ਕੋਈ ਹੋਰ ਰਿਸ਼ਤੇਦਾਰਾਂ ਵੀ ਉਹਨਾਂ ਸੋਚਿਆ ਅਸੀਂ ਇਹਨਾਂ ਨੇ ਕੋਲ ਆ ਰਹੇ ਅਤੇ ਸੇਫ ਰਹੇ ਹਾਂ। ਅਸੀਂ ਫਿਰ ਉਹ ਜਿਹਦੇ ਡੰਗਰ ਸ਼ੰਗਰ ਬੰਨੇ ਸੀ ਨਾ ਗੁਆਲ ਉਸੇ ਫਿਰ ਉੱਥੇ ਚੰਗਾ ਇੱਕ ਟੋਆ ਕੱਢੀ ਤੁਸੀਂ ਕਾਫੀ ਸਾਰੇ ਘੜੇ ਵੀ ਪਾਈ ਦੇ ਮਤਲਬ ਹੁਣ ਇਹ ਤਾਂ ਹੈ ਕਿ ਮੈਂ ਲੱਗਣਾ ਜਿਹੜੇ ਲੋਕ ਦੇਖਣੇ ਨਾ ਕੱਲ੍ਹ ਸਵੇਰੇ ਪੌਂਠ ਪਾਈਆਂ ਨੇ ਸਾਰਾ ਪੱਟੀ ਹੁੰਦਾ ਹੈ ਹਾਲੇ ਵੀ ਤਾਂ ਦੱਬੀ ਕੋਈ ਗੱਲ ਨਹੀਂ ਬਣਾ ਇਹਨੇ ਹੁਣ ਕੱਲ੍ਹ ਸਵੇਰੇ ਪਾਰਟੀ ਸ਼ੁਰੂ ਕਰੀ ਹੁਣ ਤਾਂ ਦੱਬੀ ਇਹਨੇ ਉੱਥੇ ਅਜੇ ਇੱਕ ਹੈ ਸਾਡੇ ਪਿੰਡ ਨਹੀਂ ਮੁਸਲਮਾਨ ਲੇਡੀ ਹੈ ਰਖਮਿੱਤਰੀ ਨਾਂ ਉਸ ਨਾਂ ਉਹ ਦੋ ਭੈਣਾਂ ਸਨ ਸਗੀਆਂ ਇੱਕ ਨਾ ਸੀ ਸਮਾਰਾ ਬੀਵੀ ਨਾਂ ਅਤੇ ਇੱਕ ਨਾ ਨਿੱਕੀ ਨਾ ਸਾ ਰਖਮਿੱਤਰੀ ਅਤੇ ਰਖਮਿੱਤਰੀ ਨਾਲ ਮੁੰਡਾ ਜਿਹੜਾ ਉਹ ਜਰਨਲਿਸਟ ਹੈ ਅੱਜ ਕੱਲ੍ਹ ਫਰਾਂਸ ਵਿੱਚ ਅਤੇ ਪਿੱਛੇ ਜੇ ਅਸਾਂ ਪ੍ਰੋਗਰਾਮ ਬਣਾਇਆ ਸੀ 2005 ਵਿੱਚ ਕਿ ਉੱਥੇ ਜਾਵਾਂਗੇ ਅਤੇ ਪ੍ਰੋਗਰਾਮ ਵੀ ਬਣਾਇਆ ਤਕਰੀਬਨ ਮੈਂ ਸਾਰੀ ਗੱਲ ਸਿਰੇ ਚੜ੍ਹਨ ਵਾਲੀ ਸੀ ਅਤੇ ਉੱਧਰ ਜਲਜਲਾ ਹੋਈ ਆ ਅਤੇ ਨਹੀਂ ਤਾਂ ਉਸਲੇ ਤੱਕ ਇਹਨਾਂ ਦਾ ਪ੍ਰੋਗਰਾਮ ਸੀ ਕਿ ਅਸੀਂ ਇੱਕ ਬੱਸ ਭਰੀ ਜਾਂਦੇ ਹਾਂ ਅਤੇ ਆਪਣਾ ਏਰੀਆ 'ਚ ਏਰੀਆ ਦਿਲ ਤਾਂ ਕਰਨਾ ਹੁਣ ਫਿਰ ਇਕੱਲੇ ਤਾਂ ਨਹੀਂ ਜਾਈ ਸਕਣਾ ਨਾਲ ਕੋਈ ਚੱਲਿਆ ਤਾਂ ਕਿਉਂਕਿ ਚੱਲਣਾ ਫਿਰਨਾ ਮੁਸ਼ਕਿਲ ਹੋਇਆ ਨਾ ਇੰਨੀਆਂ ਪਹਾੜੀਆਂ ਕੋਈ ਥੋੜ੍ਹੀ ਮਤਲਬ ਚੜ੍ਹਾਈ ਹੋਈ ਨਹੀਂ ਚੜ੍ਹਨੀ। ਸੋ ਬਾਬਾ ਬਹੁਤ ਬਹੁਤ ਸਾਰਾ ਧੰਨਵਾਦ ਹੈ ਕਿ ਜਿਹੜਾ ਸਾਡੇ ਪਰਿਵਾਰ ਨੇ ਤਕਰੀਬਨ ਤੋਂ ਜਿਹੜੇ ਸਾਡੇ ਚਾਚਾ ਦਾਦਾ ਅਤੇ ਦਾਦੀ ਮੇਰੇ ਪਿਤਾ ਜੀ ਨੇ ਚਾਚੇ ਉਹ ਮਤਲਬ ਉੱਥੇ ਮਾਰੇ ਗਏ, ਇੱਕ ਸਾਡੀ ਮਾਮੀ ਮਤਲਬ ਹੈ ਕਿ ਰਹਿ ਗਈ ਪਿੱਛੇ ਉਹਦੀ ਵੀ ਡੈਥ ਹੋ ਗਈ ਸੀ ਅਤੇ ਬਾਕੀ ਜਿਹੜੇ ਸਾਡੇ ਜਿਹੜੇ ਪੌਂਠ ਦੇ ਲੱਗਣ ਸਾਰੇ ਠੀਕ ਆ ਗਏ। ਬੜਾ ਸੰਤਾਪ ਤੁਸੀਂ ਹੰਢਾਇਆ। ਸੋ ਸਤਿ ਸੰਗਤ ਬਜ਼ੁਰਗ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਔਰ ਕਿੰਨੀ ਮਿਹਨਤ ਲਗਨ ਅੱਜ ਜਿਹੜੇ ਨੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਜਿਹੜੀ ਇੱਕ ਚੀਜ਼ ਬਾਕਮਾਲ ਦੀ ਇਹਨਾਂ ਨੇ ਦੱਸੀ ਵੀ ਜਨਮ ਤੋਂ ਲੈ ਕੇ ਜਿਹੜੇ ਉੱਥੋਂ ਦੇ ਲੋਕ ਸਾਡਾ ਸਮਾਜ ਸੀ ਜਿਨ੍ਹਾਂ ਨੇ ਇੱਕ ਚੀਜ਼ ਦਾ ਦਾਮਨ ਨਹੀਂ ਛੱਡਿਆ ਉਹੀ ਇਹਨਾਂ ਦੀ ਕਾਮਯਾਬੀ ਦਾ ਜਿਹੜਾ ਅਕਸਲੀ ਜਿਹੜਾ ਸੀ ਕਾਰਨ ਸੀ ਉਹ ਸੀ ਇਮਾਨਦਾਰੀ। ਇਮਾਨਦਾਰੀ ਸਿੱਖੀ ਸਰੂਪ ਦੇ ਵਿੱਚ ਉਹ ਕਿਸੇ ਵੀ ਸਮੇਂ ਦੇ ਕਿਸੇ ਸਿਧਾਂਤ ਜਿਹੜੇ ਸੀ ਜਿਹੜੇ ਉਹਨਾਂ ਤੋਂ ਉਲਟ ਨਾ ਤੁਰਦੇ ਹੋਏ ਕਿਸੇ ਨਾਲ ਸਮਝੌਤਾ ਨਹੀਂ ਕੀਤਾ, ਅੱਜ ਸਾਡੇ ਬਜ਼ੁਰਗ ਇਸ ਮੰਜ਼ਿਲ 'ਤੇ ਪਹੁੰਚੇ ਨੇ। ਸੋ ਇਹਨਾਂ ਬਜ਼ੁਰਗਾਂ ਦਾ ਜਿਹੜਾ ਪਾਰਟ 2 ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਹਿਸਟੋਰੀਕਲ ਇਹਨਾਂ ਦੇ ਕੋਲੋਂ ਅਸੀਂ ਨੌਲੇਜ ਲੈਣੀ ਹੈ ਉਹ ਪਾਰਟ 2 ਦੇ ਵਿੱਚ ਆਪ ਜੀ ਨੇ ਜ਼ਰੂਰ ਦੇਖਣਾ। ਇਸ ਪੂਰੇ ਘੱਲੂ ਜਿਹੜਾ 1947 ਦਾ ਸੰਤਾਪ ਇਹਦਾ ਕਾਰਨ ਉਸ ਵਕਤ ਜਿਹੜੀ ਹੈ ਗੌਰਮੈਂਟ ਦਾ ਜਿਹੜਾ ਰਾਜੇ ਦੀ ਜਿਹੜੀ ਉਸ ਵਕਤ ਕਿਹੜੀ ਹੈ ਕੰਟਰੀਬਿਊਸ਼ਨ ਕੀ ਰਹੀ ਹੈ ਔਰ ਇਹ ਸਾਰੇ ਹਿਸਟੋਰੀਕਲ ਜਿਹੜੀਆਂ ਚੀਜ਼ਾਂ ਨੇ ਉਹਦੇ ਉੱਤੇ ਵਿਚਾਰ ਇਹਨਾਂ ਦਾ ਜਿਹੜਾ ਪਾਰਟ 2 ਉਹ ਵੀ ਆਪ ਜੀ ਨੇ ਦੇਖਣਾ। ਨਾਲ ਹੀ ਬੇਨਤੀ ਹੈ 1947 ਦਾ ਸੰਤਾਪ ਸਾਡਾ ਪ੍ਰੋਗਰਾਮ ਜਿਹੜਾ ਲੜੀਵਾਰ ਚੱਲ ਰਿਹਾ ਇਸ ਨੂੰ ਤੁਸੀਂ ਟੈਲੀਵਿਜ਼ਨ ਤੋਂ ਇਲਾਵਾ ਜੇ ਮੋਬਾਈਲ 'ਤੇ ਦੇਖਣਾ ਯੂਟਿਊਬ ਦੇ ਉੱਤੇ ਭਾਈ ਹਰਮੀਤ ਸਿੰਘ ਜੰਮੂ ਲਿਖ ਕੇ ਤੁਸੀਂ ਇਹ ਪ੍ਰੋਗਰਾਮ ਔਰ ਜਿੰਨੇ ਬਜ਼ੁਰਗ ਅਸੀਂ ਅੱਜ ਤੱਕ ਇਕੱਠੇ ਕੀਤੇ ਨੇ ਤੁਸੀਂ ਸਾਰੇ ਦੇਖ ਸਕਦੇ ਹੋ। ਨਾਲ ਹੀ ਸਲਾਈਡ 'ਤੇ ਸਾਡਾ ਨੰਬਰ ਚੱਲਦਾ, ਕੋਈ ਹੋਰ ਬਜ਼ੁਰਗ ਕਿਸੇ ਵੀ ਕੋਨੇ ਵਿੱਚ ਹੈ ਸਾਨੂੰ ਜ਼ਰੂਰ ਦੱਸੋ, ਅਸੀਂ ਉਹਨਾਂ ਨੂੰ ਵੀ ਆਪ ਜੀ ਦੇ ਰੂਬਰੂ ਲਿਆਵਾਂਗੇ। ਸੋ ਬੜੀ ਛੇਤੀ ਕਿਸੇ ਹੋਰ ਬਜ਼ੁਰਗ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ। ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।